ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਤੁਹਾਡੀ 호ਸਟ ਨੀਲਮ ਘੋੜਾ ਨਾ ਟੀਵੀ 84 ਦੇ ਸਾਰੇ ਦਸ਼ਕਾਂ ਦੇ ਸ਼੍ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਨੋ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 20 ਜੂਨ 2017 6 ਹੜ ਨਾਨਕਸ਼ਹਿਬ ਸੰਬੰਧ 590 ਦਿਨ ਹੈ ਕਿ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ শ্রোਤਿਆਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਜੇ ਤੁਸੀਂ ਹੱਕ ਸੱਚ ਇਨਸਾਫ਼ ਤੇ ਪੈਰਾ ਦੇਂਦਾ ਇੱਕੋ ਇੱਕ ਚੈਨਲ ਟੀਵੀ ਐਚ ਫੋਰਡ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰ ਨੂੰ ਕੇਬਲ ਆਰਸੀਨ ਕੇਬਲ ਬੈਲ 5 ਕੇਬਲ ਇਨ ਕੈਨੇਡਾ ਰੋਕੋ ਜਾਦੂ ਬਾਕਸ ਸ਼ਾਵਾ ਫੇਸਬੁਕ ਆਨਲਾਈਨ ਸਟ੍ਰੀਮਿੰਗ ਗਲੋਬਲ ਸੀਪੀਐਨ ਦੀ ਐਪ ਰਾਈਂ ਟੀਵੀ 84 ਦੀ ਐਪ ਰਾਈਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਜੀ ਡਾਕਟਰ ਸਾਹਿਬ ਪਹਿਲੇ ਈਸ਼ੂ ਬਾਰੇ ਆਪਾਂ ਤੁਹਾਡੇ ਵਿਚਾਰ ਸੁਣਾਂਗੇ ਕੀ ਕਹਿਣਾ ਚਾਹੋਗੇ ਤੁਸੀਂ ਅ ਦੇਖੋ ਪਹਿਲੇ ਈਸ਼ੂ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਪ੍ਰੋਗਰਾਮ ਐਟਵਾਰਡ ਨੂੰ ਅਸੀਂ ਗੁਰਦੁਆਰਾ ਸਿੰਘ ਸਭਾ ਕਾਰਟਰੀਟ ਦੇ ਵਿੱਚ ਕਵਰ ਕੀਤਾ ਟੀਵੀ 84 ਲਈ ਜੀ ਉਹ ਆਉਣ ਵਾਲੇ ਸੰਡੇ ਯਾਨੀ ਕਿ 25 ਜੂਨ ਨੂੰ ਸ਼ਾਮ ਨੂੰ 8 ਤੋਂ 10 ਵਜੇ ਦੇ ਟਾਈਮ ਪੀਰੀਅਡ ਦੇ ਵਿੱਚ ਦੇਖਿਆ ਜਾ ਸਕੇਗਾ ਜੀ ਅ ਦੂਸਰਾ ਅਸੀਂ ਦਰਸ਼ਕਾਂ ਦਾ ਸ਼੍ਰੋਤਿਆਂ ਦਾ ਸ਼ੁਕਰੀਆ ਵੀ ਅਦਾ ਕਰਨਾ ਚਾਹੁੰਦੇ ਅ ਕਿ ਜਿਹੜੇ ਵੀ ਸਾਡੇ ਪ੍ਰੋਗਰਾਮ ਫੇਸਬੁੱਕ ਦੇ ਉੱਤੇ ਚੱਲਦੇ ਨੇ ਔਰ ਉਸ ਤੋਂ ਬਾਅਦ ਖਾਸ ਤੌਰ ਤੇ ਜਿਹੜੇ ਵੀਕਲੀ ਰਾਈਟ ਅਪ ਨੇ ਉਹਨਾਂ ਦੀਆਂ ਵੀ ਆਡੀਓ ਫਾਈਲਸ ਇੱਕ ਤੁਹਾਡੀ ਆਵਾਜ਼ ਹੁੰਦੀ ਹੈ ਇੱਕ ਅਮਰਵੀਰ ਸਿੰਘ ਦੀ ਉਹਨਾਂ ਨੂੰ ਵੀ ਬਹੁਤ ਵਧੀਆ ਹੰਗਾਰਾ ਮਿਲਦਾ ਜਿਵੇਂ ਅਸੀਂ ਜਿਹੜਾ ਕੱਲ ਸੈਗਮੈਂਟ ਕੀਤਾ ਕਿ ਕਿਵੇਂ ਚੈਂਪੀਅਨਸ ਟਰੋਫੀ ਚ ਪਾਕਿਸਤਾਨ ਦੀ ਜਿੱਤ ਨੇ ਇੰਡੀਅਨ ਮੀਡੀਆ ਜਿਹੜਾ ਕਿ ਇੱਕ ਹਫਤੇ ਤੋਂ ਕਿਸ ਕਿਸਮ ਦੇ ਝੂਠ ਦੇ ਉੱਤੇ ਜਿਹੜਾ ਉਹ ਮਬਨੀ ਆਪਣੇ ਪ੍ਰੋਗਰਾਮ ਕਰ ਰਿਹਾ ਸੀ ਉਹਨੂੰ ਵੀ ਮੂੰਹ ਪਰਨੇ ਸੁੱਟਿਆ ਔਰ ਉਹਨਾਂ ਦੇ ਸਾਰੇ ਐਕਸਪਰਟ ਮਾਇਰ ਸਾਰੇ ਗਲਤ ਸਾਬਤ ਹੋਏ ਔਰ ਉਹਦੇ ਚ ਅਸੀਂ ক্রিকেট ਦੀ ਹਿਸਟਰੀ ਨੂੰ ਰਿਲੇਟ ਕਰਕੇ ਔਰ ਕਿਵੇਂ ਸਾਈਕੋ ਹਿਸਟਰੀ ਹੈ ਜੀ ਇਹਨਾਂ ਦੋਨਾਂ ਮੁਲਕਾਂ ਦੇ ਲੋਕਾਂ ਦੇ ਵਿੱਚ ਔਰ ਕਿਵੇਂ ਇਸ ਦਾ ਸੋਲੂਸ਼ਨ ਬਫਰ ਸਟੇਟ ਖਾਲਿਸਤਾਨ ਹੈ ਇਸ ਤੇ ਜਿਹੜਾ ਅਸੀਂ ਸੈਗਮੈਂਟ ਕੱਲ ਕੀਤਾ ਸਾਨੂੰ ਉਸ ਦੇ ਉੱਤੇ ਬਹੁਤ ਸਾਰੀਆਂ ਕਾਲਸ ਵੀ ਆਈਆਂ ਅੱਜ ਪੋਜ਼ਿਟਿਵ ਔਰ ਉਸ ਸੈਗਮੈਂਟ ਦੇ ਉੱਤੇ ਪਿਛਲੇ 24 ਘੰਟੇ ਦੇ ਵਿੱਚ 27000 ਦੇ ਕਰੀਬ ਜਿਹੜੇ ਈਵਰਸ ਕੱਲੇ ਫੇਸਬੁੱਕ ਤੇ ਬਾਕੀ ਜਿਹੜੇ ਗੈਜੇਟਸ 8 9 ਦੇ ਉੱਤੇ ਚੱਲਦੇ ਜੀ ਇਸ ਵੇਲੇ ਟੀਵੀ 84 ਦੇ ਈਵਰਸ ਲੱਖਾਂ ਦੀ ਗਿਣਤੀ ਦੇ ਵਿੱਚ ਨੇ ਔਰ ਇਸੇ ਤਰ੍ਹਾਂ ਇਸ ਸੈਗਮੈਂਟ ਦੇ ਉੱਤੇ 112 122 ਜਿਹੜੇ ਨੇ ਉਹ ਸ਼ੇਅਰਸ ਔਰ 154 ਕਮੈਂਟਸ ਜੀ ਔਰ ਇਸੇ ਤਰ੍ਹਾਂ ਸਾਡੇ ਦੋ ਕਾਲਮ ਜਿਹੜੇ ਖਰਸਤਾਨ ਕਾਲਿੰਗ ਔਰ ਐਡੀਟੋਰੀਅਲ ਹੁੰਦਾ ਹੈ ਉਦੇਚ ਹਫਤੇ ਦੀਆਂ ਨਿਊਜ਼ ਨੂੰ ਸਮ ਅਪ ਕੀਤਾ ਹੁੰਦਾ ਹੈ ਬੇਸ਼ਕੋਸ ਦੀ ਜਿਹੜੀ ਹੈ ਲਿਖਤ ਉਹ ਗੁਰਮੁਖੀ ਦੇ ਵਿੱਚ ਹੁੰਦੀ ਹੈ ਔਰ ਸਾਡੇ ਪਾਕਿਸਤਾਨੀ ਭਰਾਵਾਂ ਪੜਨਾਂ ਨੇ ਇਹ ਸਾਨੂੰ ਬਾਰ ਬਾਰ ਕਿਹਾ ਸੀ ਕਿ ਅਸੀਂ ਗੁਰਮੁਖੀ ਨਹੀਂ ਪੜ ਸਕਦੇ ਇਸ ਦੀ ਆਡੀਓ ਫਾਈਲ ਜਿਹੜੀ ਹੈ ਤੁਸੀਂ ਬਣਾਓ ਔਰ ਜਿਵੇਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਉੱਤੇ ਜਿਹੜਾ ਸੈਗਮੈਂਟ ਸੀ ਉਹ ਵੀ ਜਿਹੜਾ ਬਹੁਤ ਜ਼ਿਆਦਾ 30000 ਤੋਂ ਜ਼ਿਆਦਾ ਪਹਿਲੇ 24 ਘੰਟੇ ਦੇ ਵਿੱਚ ਆ ਗਏ ਸੀ ਪਰ ਮੈਂ ਜਿਹੜਾ ਅੱਜ ਖਾਲਸਤਾਨ ਕੋਰਡ ਜਿਹੜਾ ਹੁਣ ਪੋਸਟ ਹੋਇਆ ਉਸ 50000 ਜਿਹੜੇ ਈਵਰਸ ਨੇ ਔਰ ਲਿਸਨਰਸ ਨੇ ਉਹਨਾਂ ਨੇ ਇਸ ਨੂੰ ਦੇਖਿਆ ਪਿਛਲੇ ਦੋ ਦਿਨਾਂ ਵਿੱਚ ਔਰ 371 ਕਮੈਂਟ ਨੇ ਇਸ ਦੇ ਉੱਤੇ ਔਰ 486 ਸ਼ੇਅਰਸ ਨੇ ਸੋ ਮੈਂ ਇਹ ਵੀਰਵਾ ਦੇਣਾ ਇਸ ਲਈ ਵੀ ਜ਼ਰੂਰੀ ਸਮਝਦਾ ਹਾਂ ਕਿ ਇਸ ਦੇ ਨਾਲ ਇੱਕ ਸਾਡੀ ਵੀ ਇਨਕਰੇਜਮੈਂਟ ਹੁੰਦੀ ਹੈ ਬਿਲਕੁਲ ਔਰ ਦੂਸਰਾ ਜਦੋਂ ਸੰਜੀਦਾ ਕਮੈਂਟ ਹੁੰਦੇ ਨੇ ਤੇ ਇਹਦੇ ਚੋਂ ਸਾਨੂੰ ਵੀ ਖੁਰਾਕ ਮਿਲਦੀ ਹੈ ਜਾਂ ਇਨਪੁਟ ਮਿਲਦੀ ਹੈ ਇਸ ਸਮਝਣ ਦੇ ਲਈ ਕਿ ਕਿਹੜਾ ਪਾਰਟ ਜਿਹੜਾ ਉਸ ਨੂੰ ਸਾਡੇ ਦਰਸ਼ਕ ਜਾਂ ਜਿਹੜੇ ਸਾਊਥ ਏਸ਼ੀਆ ਚੋਂ ਦੁਨੀਆ ਭਰ ਚ ਬੈਠੇ ਸਾਊਥ ਏਸ਼ੀਅਨ origin ਦੇ ਲੋਕ ਨੇ ਉਹਨਾਂ ਦੇ ਲਈ ਮੋਰ ਅੰਡਰਸਟੈਂਡਿੰਗ ਹੈ ਔਰ ਸਾਡਾ ਮਕਸਦ ਸਿਰਫ ਕੋਈ ਅਸੀਂ ਕੋਈ ਕਮਰਸ਼ੀਅਲ ਪਰਪਸ ਲਈ ਤਾਂ ਇਸ ਪ੍ਰੋਗਰਾਮ ਨੂੰ ਰਨ ਨਹੀਂ ਕਰਦੇ ਇਸ ਟੀਵੀ ਚੈਨਲ ਨੂੰ ਸਾਡਾ ਮੁੱਖ ਮਕਸਦ ਜਿਹੜਾ ਉਹ ਅਵੇਅਰਨੈਸ ਪੈਦਾ ਕਰਨਾ ਹੈ ਜਾਗਰੂਕਤਾ ਪੈਦਾ ਕਰਨਾ ਹੈ ਔਰ ਸਾਨੂੰ ਖੁਸ਼ੀ ਹੈ ਕਿ ਜਿੱਥੇ ਖਾਲਸਤਾਨ ਦੇ ਮੁੱਦੇ ਦੇ ਉੱਤੇ ਇਸ ਵੇੜੇ ਸਿਰਫ ਆਪਣੇ ਲੋਕਾਂ 'ਚ ਨਹੀਂ ਸਾਊਥ ਏਸ਼ੀਆ ਨਾਲ ਸੰਬੰਧਤ ਜਿਹੜੇ ਹੋਰ ਵੀਰ ਪੈਣਾ ਨੇ ਖਾਸ ਤੌਰ ਤੇ ਪਾਕਿਸਤਾਨ ਵਿੱਚਲੇ ਉਹਨਾਂ ਦੇ ਵਿੱਚ ਇੱਕ ਬੜਾ ਹਾਂ ਪੱਕੀ ਸਾਨੂੰ ਉਸ ਤੋਂ ਹੰਗਾਰਾ ਮਿਲਿਆ ਉੱਥੇ ਦੂਸਰਾ ਪਾਰਟ ਅਸੀਂ ਸਮਝਦੇ ਆਂ ਵੀ ਜਿਹੜੀ ਸਿੱਖਾਂ ਔਰ ਮੁਸਲਮਾਨਾਂ ਨਾਲ ਸੰਬੰਧਤ ਪੰਜ ਸਾਢੇ ਪੰਜ ਸਦੀਆਂ ਦੀ ਹਿਸਟਰੀ ਹੈ ਜਿਹਨੂੰ ਬਹੁਤ ਸਾਰੇ ਜਿਹੜੇ ਹਿਸਟੋਰੀయన్స్ ਨੇ ਉਹਨਾਂ ਨੇ ਆਪਣੇ ਆਪਣੇ ਬਰਸ਼ ਦੇ ਨਾਲ ਪੇਂਟ ਕੀਤਾ ਕਿਉਂਕਿ ਜਦੋਂ ਤੁਸੀਂ ਕਿਸੇ ਵੀ ਰਜਿਮ ਦੇ ਖਿਲਾਫ ਲੜ ਰਹੇ ਹੁੰਦੇ ਹੋ ਤੇ ਤੁਹਾਡੇ ਚ ਇੱਕ ਵਿਕਟਮ ਹੁੱਡ ਵੀ ਹੁੰਦਾ ਹੈ ਔਰ ਜਦੋਂ ਤੁਸੀਂ ਫਿਰ ਹਿਸਟਰੀ ਲਿਖਦੇ ਹੋ ਤੇ ਤੁਸੀਂ ਜਿਹਦੇ ਨਾਲ ਤੁਹਾਡੀ ਟੱਕਰ ਹੁੰਦੀ ਹੈ ਉਸ ਵਿਚਲਾ ਹਰ ਕੁਝ ਜਿਹੜਾ ਇੱਕ ਡਿਫਰੈਂਟ ਬਰਸ਼ ਨਾਲ ਜਿਹੜਾ ਉਹ ਕਰਦੇ ਹੋ ਉਸ ਨੂੰ ਪੇਂਟ ਔਰ ਕਿਉਂਕਿ ਬਹੁਤ ਸਾਰੀ ਲਿਖਤ ਹਿੰਦੂ ਹਿਸਟੋਰੀయన్స్ ਨੇ ਲਿਖੀ ਔਰ ਇਹ ਰੁਝਾਨ ਜਿਹੜਾ ਉਹ 20ਵੀਂ ਸਦੀ ਤੱਕ ਵੀ جاری ਰਿਹਾ ਉਹ ਹਿੰਦੂ ਪੁਸ਼ਣ એનર્ਜੀ ਹੋਏ ਜਾਂ ਦੂਸਰੇ ਹੋਣ ਜਿਹੜੇ ਆ ਉਹਨਾਂ ਦਾ ਇਹੀ ਟ੍ਰੈਂਡ ਰਿਹਾ ਕਿ ਉਹ ਸਿੱਖੀਜ਼ਮ ਨੂੰ ਇਸਲਾਮ ਦੇ ਜਾਂ ਮੁਸਲਮਾਨਾ ਦੇ ਖਿਲਾਫ ਜਿਹੜਾ ਉਹ ਪ੍ਰੋਜੈਕਟ ਕਰਨ ਰੇਕਨ ਜੂਨ 1984 ਨੇ ਸਾਡੀਆਂ ਵੀ ਅੱਖਾਂ ਖੋਲੀਆਂ ਅਸੀਂ ਆੜੇ ਦਵਾੜੇ ਵੀ ਦੇਖਿਆ ਜੀ ਔਰ ਫਿਰ ਅੱਜ ਇੱਕ ਬੈਲੈਂਸ ਹੈ ਇਹ ਅਸੀਂ ਬੀਤੇ ਨੂੰ ਔਰ ਉਹਦੇ ਚ ਇਹ ਨਹੀਂ ਹੈ ਕਿ ਵੀ ਅਸੀਂ ਕਿਸੇ ਦੀ ਫੇਵਰ ਕਰਦੇ ਜਿਵੇਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨਾਲ ਸੰਬੰਧਤ ਗੱਲ ਕਰਦੇ ਅਸੀਂ ਕਹੇ ਸੀ ਕਿ ਭਾਈ ਜਿਹੜੇ ਟਾਇਰੈਂਟ ਨੇ ਉਹ ਟਾਇਰੈਂਟ ਨੇ ਜਿਹੜੇ ਜ਼ਾਲਮ ਨੇ ਔਰ ਜਿਨ੍ਹਾਂ ਦੇ ਨੇ ਗੁਰੂ ਸਾਹਿਬਾਨ ਨੂੰ ਸ਼ਹੀਦ ਕੀਤਾ ਜਾਂ ਬਾਅਦ ਚ ਸਿੱਖਾਂ ਤੇ ਜ਼ਿਆਤੀਆਂ ਕੀਤੀਆਂ ਉਹਨਾਂ ਨੇ ਆਪਣੇ ਭਰਾਵਾਂ ਆਪਣੇ ਰਿਸ਼ਤੇਦਾਰਾਂ ਆਪਣੇ ਪਿਓ ਦੇ ਨਾਲ ਵੀ ਕੀ ਕੀਤਾ ਜੀ ਔਰੰਗਜ਼ੇਬ ਭਰਾਵਾਂ ਨੂੰ ਵੀ ਨਾਲ ਕੀ ਸਲੂਕ ਕੀਤਾ ਪਿਓ ਸ਼ਾਹਜਹਾਂ ਨੂੰ ਕੈਦ ਕੀਤਾ ਭੈਣ ਨੂੰ ਦੇ ਨਾਲ ਕੀ ਸਲੂਕ ਕੀਤਾ ਸੋ ਕੁਲ ਮਿਲਾ ਕੇ ਜਦੋਂ ਅਸੀਂ ਧਰਮਾਂ ਦੀ ਦੁਨੀਆ ਵਿੱਚ ਔਰ ਸਿੱਖੀ ਦੇ ਨਿਰਵੈਰਤਾ ਦੇ கான்ਸੈਪਟ ਦੀ ਗੱਲ ਕਰਦੇ ਔਰ ਇਹ ਸਾਡੇ ਲਈ ਇੱਕ ਮੌਕਾ ਹੈ ਔਰ ਅੱਜ ਜਦੋਂ ਕਿ ਬਹੁਤ ਵੱਡੀ ਗਿਣਤੀ ਚ ਜਿਹੜਾ ਦੁਨੀਆ ਭਰ ਦੇ ਵਿੱਚ ਸੋਸ਼ਲ ਮੀਡੀਆ ਔਰ ਖਾਸ ਤੌਰ ਤੇ ਫੇਸਬੁੱਕ ਇਨਫੋਰਮੇਸ਼ਨ ਦਾ ਜ਼ਰੀਆ ਬਣੇ ਹੈ ਸਾਨੂੰ ਖੁਸ਼ੀ ਹੈ ਕਿ ਅਸੀਂ ਪੋਲਿਟੀਕਲ ਅਵੇਅਰਨੈਸ ਦੇ ਨਾਲ ਨਾਲ ਇਹ ਜਿਹੜਾ ਇੱਕ ਹਿਸਟੋਰੀਕਲ ਪ੍ਰੈਜੂਡਿਸ ਕਹੋ ਜਾਂ ਇਤਿਹਾਸਕ ਤੌਰ ਦੇ ਉੱਤੇ ਇੱਕ ਆਪਸ ਦੇ ਵਿੱਚ ਇੱਕ ਦੂਸਰੇ ਪ੍ਰਤੀ ਇੱਕ ਡਿਸਟੈਂਸ ਦੀ ਲਾਈਨ ਰਹੀ ਹੈ ਉਸ ਨੂੰ ਵੀ ਕਵਰ ਕਰਨ ਦੀ ਕੋਸ਼ਿਸ਼ ਕਰਦੇ ਤਾਂ ਕਿ ਜਿੱਥੇ ਅਸੀਂ ਬੀਤੇ ਦੇ ਇਤਿਹਾਸ ਨੂੰ ਦੇ ਪਰਸਪੈਕਟਿਵ ਚ ਦੇਖੀਏ ਅਜੋਕੇ ਆਪਣੇ ਇੰਟਰਸਟ ਦੇਖੀਏ ਕੀ ਹੈ ਤੇ ਫਿਰ ਭਵਿੱਖ ਵੱਲ ਦੇਖੀਏ ਕਿ ਕਿਵੇਂ ਖਾਲਸਤਾਨ ਇੱਕ ਬਫਰ ਸਟੇਟ ਦੇ ਤੌਰ ਤੇ ਦਰਿਆਏ ਜਮਨਾ ਤੋਂ ਵਾਗਾ ਤੱਕ ਪਾਕਿਸਤਾਨ ਔਰ ਭਾਰਤ ਜਿਹੜਾ ਕਿ ਜਮਨਾ ਪਾਰ ਜਿਹਨੂੰ ਹਿੰਦੁਸਤਾਨ ਕਹਿੰਦੇ ਨੇ ਇਹ ਯੂਪੀ ਬਿਹਾਰੀ ਸੀ ਗੰਗਾ ਜਮਨਾ ਆਦੀ ਤਹਿਜ਼ੀਬ ਜਿਹੜੀ ਹੈ ਇਹਨਾਂ ਦੇ ਵਿਚਕਾਰ ਇੱਕ ਬਫਰ ਸਟੇਟ ਦੇ ਤੌਰ ਤੇ ਕਾਇਮ ਹੋਏ ਸੋ ਅੱਜ ਜਦੋਂ ਅਸੀਂ ਓਪਨਿੰਗ ਸੈਗਮੈਂਟ ਕਰ ਰਹੇ ਹਾਂ ਔਰ ਕੁਦਰਤੀ ਜ਼ਾਹਰ ਹੈ ਕਿ ਗੰਗਾ ਜਮਨਾ ਤਹਿਜ਼ੀਬ ਦੀ ਗੱਲ ਹੋਈ ਜਿਸ ਕ੍ਰੇਡਲ ਦੇ ਵਿੱਚ ਹਿੰਦੂਤਵਾ ਜਾਂ ਹਿੰਦੂ ਸਭਿਅਤਾ ਜਾਂ ਜਿਹਨੂੰ ਕਾਊ ਬੈਲਟ ਵੀ ਕਹਿੰਦੇ ਨੇ ਔਰ ਹੁਣ ਤਾਂ ਇਹਨਾਂ ਨੇ ਕਾਊ ਬੈਲਟ ਵਾਲਿਆਂ ਨੇ ਅੰਗਰੇਜ਼ ਜਾਣ ਲੱਗੇ 1947 ਚ ਜੀ ਜਿਹੜੀ ਉਹਨਾਂ ਨੇ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਬਣਾਈ ਸੀ ਉਹ ਇਹਨਾਂ ਦੇ ਹਵਾਲੇ ਕਰ ਗਏ ਕਿਉਂਕਿ ਸਾਊਥ ਦਾ ਵੀ ਜਦੋਂ ਅਸੀਂ ਇਵਨ ਕੇਰਲਾ ਤੱਕ ਜਾਂ ਤਾਮਿਲਨਾਡ ਦਾ ਕਾਫੀ ਹਿੱਸਾ ਦੇਖਦੇ ਹਾਂ ਜਦੋਂ ਇਵਨ ਮੁਗਲਿਆ ਰਾਜ ਵੀ ਰਿਹਾ ਜਾਂ ਉਸ ਤੋਂ ਪਹਿਲਾਂ ਉਹ ਉਹਨਾਂ ਦੇ ਵੀ ਕੋਈ ਅਧਿਕਾਰ ਚ ਨਹੀਂ ਸਨ ਉਹ ਆਜ਼ਾਦ ਕਿਸਮ ਦੇ ਆਪਣੇ ਉਹਨਾਂ ਦੀਆਂ ਸਟੇਟਾਂਜ਼ ਹੀ ਨੇ ਕਾਇਮ ਕੀਤੀਆਂ ਪਰ ਕਿਉਂਕਿ ਅੰਗਰੇਜ਼ਾਂ ਨੇ 200 ਸਾਲ ਚ ਉਸ ਕਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਜਿਹੜਾ ਹੈ ਉਸ ਨੂੰ ਕੰਟਰੋਲ ਕੀਤਾ ਔਰ ਜਾਣ ਲੱਗੇ ਉਹਨਾਂ ਨੇ ਇਸ ਨੂੰ ਦੋ ਹਿੱਸਿਆਂ 'ਚ ਵੰਡ ਕੇ ਇੱਕ ਵੱਡਾ ਐਡਮਿਨਿਸਟ੍ਰੇਟਿਵ ਯੂਨਿਟ ਜਿਹਦਾ ਨਾਂ ਉਹਨਾਂ ਨੇ ਇੰਡੀਆ ਰੱਖਿਆ ਹੋਇਆ ਸੀ ਆਪਣੀ ਸਹੂਲਤ ਲਈ ਔਰ ਇਹ ਇੰਡੀਆ ਦੇਸ਼ ਕਹਿਣ ਲੱਗੇ ਔਰ ਹੁਣ ਉਸ ਦੇ ਵਿੱਚ ਹਿੰਦੂਤਵਾ ਦੀ ਵਿਚਾਰਧਾਰਾ ਨੂੰ ਲਾਗੂ ਕਰਨ ਦੇ ਨਾਂ ਥੱਲੇ ਜਿਸ ਕਿਸਮ ਦਾ ਮਾਹੌਲ ਖਾਸ ਤੌਰ ਤੇ 2014 ਤੋਂ ਬਾਅਦ ਇਹਨਾਂ ਨੇ ਸਿਰਜਿਆ ਉਸ ਬਾਰੇ ਅਕਸਰ ਅਸੀਂ ਰੋਜ਼ਾਨਾ ਕੋਈ ਨਾ ਕੋਈ ਸੈਗਮੈਂਟ ਜ਼ਰੂਰ ਹੁੰਦਾ ਸੋ ਇਸ ਹਿੰਦੂਤਵਾਦ ਦਾ ਝੰਡਾ ਬਰਦਾਸ਼ ਰਸਸ ਦਾ ਬਲੂ ਵਾਈਟ ਬாய் ਗੁਜਰਾਤ ਦਾ ਉਹ ਮੁੱਖ ਮੰਤਰੀ ਜਿਨੇ ਇੱਕ ਪਾਸੇ ਵਾਜਪਾਈ ਉਹਨੂੰ ਸਮਝਾ ਰਿਹਾ ਸੀ ਕਿ ਜੀ ਰਾਜ ਧਰਮ ਕੀ ਹੁੰਦਾ ਹੈ ਤੇ ਰਾਜ ਧਰਮ ਦੇ ਨਾਂ ਥੱਲੇ ਇਸ ਬੰਦੇ ਨੇ ਜਿਵੇਂ 2002 ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ ਗੁਜਰਾਤ ਦਾ ਮੁੱਖ ਮੰਤਰੀ ਹੁੰਦੇ ਆ ਇਹਨੇ ਜਿਵੇਂ 50 ਹਜ਼ਾਰ ਤੋਂ ਜ਼ਿਆਦਾ ਸਿੱਖ ਕਿਸਾਨ ਜਿਹੜੇ ਕਿ ਕੱਚ ਦੇ ਉਸ ਏਰੀਆ ਦੇ ਵਿੱਚ ਜਿੱਥੇ ਕਿ ਉਹਨਾਂ ਨੂੰ 1965 ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਦੀ ਇੱਕ ਸਕੀਮ ਦੇ ਥੱਲੇ ਵਸਾਇਆ ਗਿਆ ਸੀ ਉਸ ਡੇਜ਼ਰਟ 'ਚ ਉਹਨਾਂ ਨੇ ਰੇਤੇ ਵਾਲੀ ਥਾਂ ਤੇ ਨਰਮਾ ਕਪਾਹ ਜਿਹਨੂੰ ਕਾਟਨ ਕਹਿੰਦੇ ਨੇ ਉਹ ਪ੍ਰੋਡਿਊਸ ਕਰਕੇ ਆਜ ਉਸ ਖਿੱਤੇ ਦੀ ਉਹ ਇੱਕ ਵੱਡੀ ਕਾਟਨ ਪ੍ਰੋਡਿਊਸਿੰਗ ਬੈਲਟ ਬਣੀ ਔਰ ਕਿਵੇਂ ਉਹਨਾਂ ਨੂੰ ਜ਼ਮੀਨਾਂ ਤੋਂ ਬੇਦਖਲ ਕਰਨ ਦੇ ਲਈ ਜਿਹੜਾ ਇਸ ਦੀ ਸਰਕਾਰ ਦੇ ਪੀਰੀਅਡ ਚ ਨੀਤੀਆਂ ਲਾਗੂ ਹੋਈਆਂ ਜੇ ਉਹਨਾਂ ਸਿੱਖਾਂ ਨੇ ਉਹ ਕੇਸ ਜਿੱਤ ਲਿਆ ਗੁਜਰਾਤ ਹਾਈ ਕੋਰਟ ਚ ਤੇ ਇਹਨਾਂ ਨੇ ਮੋਦੀ ਨੇ ਜਿਹੜਾ ਸੁਪਰੀਮ ਕੋਰਟ ਚ ਅਪੀਲ ਕੀਤੀ ਔਰ ਜਿਹੜਾ ਹਿੰਦੂਤਵ ਵੀ ਮਾਫੀ ਹੈ ਉਥੇ ਸਿੱਖ ਕਿਸਾਨਾਂ ਦੇ ਨਾਲ ਕੀ ਕਰਦਾ ਹੈ ਕੀ ਕਰਦਾ ਰਿਹਾ ਹੈ ਇਸੀਆਂ ਖਬਰਾਂ ਦੇ ਨਾਲ ਜਿਹੜਾ ਉਹ ਭਰਿਆ ਹੋਇਆ ਸਾਰਾ ਮੀਡੀਆ ਅਸੀਂ ਦੇਖ ਸਕਦੇ ਹਾਂ ਕਿ ਇਹ ਇਹਦਾ ਕੀ ਵਰਤਾਰ ਹੈ ਫਿਰ ਅਸੀਂ 2014 ਚ ਮੋਦੀ ਦੇ ਆਣ ਤੋਂ ਬਾਅਦ ਜੇ ਮੋਟੀ ਮੋਟੀ ਨਜ਼ਰੀ ਮਾਤ ਨਹੀਂ ਹੋਈ ਕਿਉਂਕਿ ਇਹ ਜਦੋਂ ਅਸੀਂ ਲਾਸਟ ਟਾਈਮ ਮੋਦੀ ਆਇਆ ਓਬਾਮਾ ਦੇ ਵੇਲੇ ਔਰ ਅਸੀਂ ਪ੍ਰੋਟੈਸਟ ਕਰ ਰਹੇ ਸੀ ਬਾਅਦ ਔਰ ਕਸ਼ਮੀਰੀ ਭਰਾ ਮੁਸਲਮਾਨ ਭਰਾ ਵੀ ਸਾਡੇ ਨਾਲ ਸੀ ਤੇ ਜਿਹੜੇ ਨੇੜਿਓਂ ਲੰਘਦੇ ਕੋਈ ਗੁਜਰਾਤੀ ਮੂਲ ਦੇ ਜਾਂ ਦੂਜੇ ਸੀ ਉਹਨਾਂ ਚ ਕੁਝ ਸੇਨਰ ਉਹ ਪਾਸੇ ਲਾ ਕੇ ਕਹਿਣ ਲੱਗੇ ਚਲੋ ਮੁਸਲਮਾਨਾਂ ਦਾ ਤਾਂ ਪ੍ਰੋਟੈਸਟ ਕਰਨਾ ਸਮਝ ਆਇਆ ਬੀ ਮੋਦੀ ਨੇ ਸਿੱਖਾਂ ਦਾ ਕੀ ਵਿਗਾੜਿਆ ਜੀ ਸੋਰ ਔਰ ਇੱਕ ਦੋ ਨੇ ਉਹਨਾਂ ਚ ਇੱਕ ਪ੍ਰੋਫੈਸਰ ਸੀ ਉੱਥੇ ਮੈਰੀਲੈਂਡ ਯੂਨੀਵਰਸਿਟੀ ਦਾ ਤੇ ਉਹਨੂੰ ਮੈਂ ਪਾਸੇ ਕਰਕੇ ਕਿਹਾ ਮੈਂ ਕਿ ਪਹਿਲੀ ਗੱਲ ਤੇ ਜਦੋਂ ਕੋਈ ਵੀ ਜਿਸ ਕਿਸਮ ਦੀ ਨੀਤੀ ਹਿੰਦੂਤਵਾਦੀ ਹੈ ਇਹ ਮਾਈਨੋਰਟੀਜ਼ ਨੂੰ ਡਿਸਟਰੋਏ ਕਰਨ ਦੀ ਹੈ ਔਰ ਦੂਸਰਾ ਜਦੋਂ ਮੈਂ ਉਹਨੂੰ ਦੱਸਿਆ ਕਿ ਮੈਂ ਕਿਹਾ ਜੇ ਤੁਸੀਂ ਹੁਣ ਸਪੈਸੀਫਿਕਲੀ ਜਾਣਨਾ ਚਾਹੁੰਦੇ ਹੋ ਇਸ ਬੰਦੇ ਨੇ ਤੋਂ ਪਹਿਲੀ ਵਾਰ ਇਹ ਮੁੱਖ ਮੰਤਰੀ ਬਣਿਆ ਇਹਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਛੁੱਟੀ ਕੈਨਸਲ ਕੀਤੀ ਜੀ ਫਿਰ ਗੁਜਰਾਤ ਦੇ ਸਿੱਖ ਕਿਸਾਨਾਂ ਨਾਲ ਕੀ ਕੀਤਾ ਔਰ ਜੇ ਹੁਣ 2014 ਚ ਅਸੀਂ ਪਾਵਰ ਜਾਣ ਤੋਂ ਬਾਅਦ ਦੇਖੀਏ ਕਿ ਜਿਹੜੀਆਂ ਭਾਜਪਾ ਦੇ ਰਾਜ ਵਿੱਚ ਲੀਆਂ ਸਟੇਟਾਂ ਨੇ ਮਧ ਪ੍ਰਦੇਸ਼ ਦੇ ਵਿੱਚ ਕਿਵੇਂ ਸਿਕਲੀਗਰ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਬਣਾ ਕੇ ਉਹਨਾਂ ਦੇ ਨਾਲ ਉਹਨਾਂ ਦਾ ਕੀ ਹਸ਼ਰ ਕੀਤਾ ਜਾ ਰਿਹਾ ਹੈ ਔਰ ਕਿਵੇਂ Rajasthan ਦੇ ਵਿੱਚ ਅਸੀਂ ਦੇਖਿਆ ਕਿ ਕਿਵੇਂ अजमेर ਜ਼ਿਲ੍ਹੇ ਦੇ ਚਾਰ ਸਿੱਖਾਂ ਨੂੰ ਕਿਵੇਂ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਮਾਰ-ਮਾਰ ਕੇ ਚਾਰ ਜਿਹੜੇ ਕਿ ਕਿਸੇ ਨਾਨ ਸਿੱਖ ਚੈਰਿਟੀ ਦੇ ਲਈ ਆਏ ਸਨ ਜਿਹੜੀ ਇਹ ਕਲੈਕਸ਼ਨ ਕਰਨ ਉਹਨਾਂ ਦਾ ਕੀ ਹਸ਼ਰ ਕੀਤਾ ਔਰ ਅੱਜ ਕੋਈ ਨਾ ਕੋਈ ਹਿੱਸਾ ਐਸਾ ਹੁੰਦਾ ਹੈ ਜਿੱਥੇ ਹੁੰਦਾ ਜੀ ਤੁਸੀਂ ਫਲਾں ਐਗਜ਼ਾਮ 'ਚ ਕੜੇ ਤਿਰਪਾਨ ਨਾਲ ਨਹੀਂ ਬਹਿ ਸਕਦੇ ਕਿਸ ਕਿਸਮ ਦੀਆਂ پابੰਦੀਆਂ ਔਰ ਕਿਵੇਂ ਜਦੋਂ ਫਰਾਂਸ ਦਾ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਦਿੱਲੀ ਗਿਆ ਹੈ ਔਰ ਉਸ ਪੀਰੀਅਡ ਚ ਬਜਾਏ ਕਿ ਇਸ ਕੇਸ ਨੂੰ ਪ੍ਰੈਜੈਂਟ ਕੀਤਾ ਜਾਂਦਾ ਗਵਰਨਮੈਂਟ ਲੈਵਲ ਤੇ ਜੀ ਕਿ ਫਰਾਂਸ ਦੇ ਸਕੂਲਾਂ ਚ ਜਿਹੜਾ ਲਾਅ ਹੈ ਅਸਟੈਂਸੀਬਲ ਸਾਇੰਸ ਆਫ ਰਿਲੀਜੀਅਨ ਨਾਵियर ਕਰਨ ਦਾ 2002 ਦਾ ਉਸ ਨੂੰ ਜਿਹੜਾ ਕੈਨਸਲ ਕਰੋ ਉਹਨਾਂ ਨੇ ਉਸ 26 ਜਨਵਰੀ ਪੈਰੇਡ ਦੇ ਵਿੱਚ ਸਿੱਖ ਰੈਜਿਮੈਂਟ ਦੀ ਜਿਹੜੀ ਉਹ ਰੈਗੂਲਰ ਉਹਨਾਂ ਦੀ ਕੰਟਿਨਜੈਂਟ ਹੁੰਦੀ ਸੀ ਸਲੂਟ ਦੇਣ ਵਾਲੀ ਉਹੀ ਗਾਇਬ ਕਰ ਦਿੱਤੀ ਸੀ ਔਰ ਪੰਜਾਬ ਦੇ ਵਿੱਚ ਜਿਵੇਂ ਉਹ ਬਜਰੰਗਦਾਰ ਲ ਆਰਐਸਐਸ ਦੇ ਜਿੰਨੇ ਆਊਟਫਿਟਸ ਜਿਸ ਕਿਸਮ ਦੀ ਗੁੰਡਾਗਰਦੀ ਕਰ ਰਹੇ ਨੇ ਜਿਵੇਂ ਪਿੰਡਾਂ ਵਾਲਿਆਂ ਦੇ ਪੁਤਲੇ ਨੂੰ ਸਾੜਨ ਤੋਂ ਲੈ ਕੇ 6 ਜੂਨ ਨਾਲ ਸੰਬੰਧਤ ਔਰ ਕਿਵੇਂ ਈਵਨ ਇਹਦੀ ਕਮਾਂਡ ਥੱਲੇ ਹੀ ਬਾਦਲ ਨੇ ਜਿਹੜਾ ਉਹ ਸਰਬਤ ਖਾਲਸਾ ਕਰਨ ਵਾਲੇ ਸਿੱਖਾਂ ਨੂੰ ਵੀ ਜਿਹੜਾ ਐਡਿਸ਼ਨ ਦੇਸ਼ ਧਰੋਹ ਦੇ ਥੱਲੇ ਜਿਹੜਾ ਉਹ ਉਹਨਾਂ ਦੇ ਪਾਸਪੋਰਟ ਤਾਂ ਗੱਦੇ ਵੀ ਪਾਈ ਰੇਸ਼ਮ ਸਿੰਘ ਪਿਛਲੇ 8 ਮਹੀਨੇ ਤੋਂ ਉੱਥੇ ਬੈਠੇ ਨੇ ਔਰ ਉਹਨਾਂ ਦਾ ਕੇਸ ਜਿਹੜਾ ਕਦੇ ਲੋਅਰ ਕੋਰਟ ਕਦੇ ਇਧਰ ਔਰ ਉਹਨਾਂ ਦਾ ਪਾਸਪੋਰਟ ਉਹਨਾਂ ਨੂੰ ਨਹੀਂ ਦਿੱਤਾ ਗਿਆ ਸੋ ਇਹ ਸਾਰੀਆਂ ਇੱਕ ਬੜਾ ਇੱਕ ਬਰਡ ਆਈ ਵੀਊ ਹੈ ਦੱਸਣ ਦੇ ਲਈ ਔਰ ਜਿਸ ਕਿਸਮ ਦਾ ਇਹਨਾਂ ਦਾ ਜਿਵੇਂ 150 ਹਿੰਦੂ ਜਥੀਆਂ ਜਥੇਬੰਦੀਆਂ ਦਾ ਕਨਕਲੇਵ ਹੋਇਆ ਗੋਆ ਦੇ ਵਿੱਚ ਕਿ ਭਈ ਸਾਰਿਆਂ ਨੂੰ ਬਣਾ ਦਿਓ ਹਿੰਦੂ 2023 ਤੱਕ ਔਰ ਕਿਵੇਂ ਇਹ ਸਾਰਾ ਚੱਲ ਰਿਹਾ ਸੋ ਅਸੀਂ ਸਮਝਦੇ ਹਾਂ ਕਿ ਇਹ ਬੜਾ ਜ਼ਰੂਰੀ ਹੈ ਕਿ ਇਹ ਨਰਿੰਦਰ ਮੋਦੀ ਦੀ ਜਿਹੜੀ ਵਿਜ਼ਿਟ ਹੈ ਔਰ ਇੱਥੇ ਆਉਣ ਤੋਂ ਪਹਿਲਾਂ ਉਹਨੇ ਪੁਰਤਗਾਲ ਵੀ ਆਣਾ ਔਰ ਪੁਰਤਗਾਲ ਦੇ ਸਿੱਖਾਂ ਨੇ ਵੀ ਉਹਦੇ ਖਿਲਾਫ ਉੱਥੇ ਪ੍ਰੋਟੈਸਟ ਕਰਨ ਦੀ ਪਲਾਨ ਕੀਤੀ ਹੈ ਸੋ ਇੱਥੇ ਜਿਹੜਾ 26 ਜੂਨ ਨੂੰ ਇੱਕ ਪ੍ਰੋਟੈਸਟ ਹੈ ਉਹਦਾ ਮੈਂ ਵੀਰਵਾ ਜ਼ਰਾ ਬਾਅਦ ਜ਼ਿਕਰ ਕਰਾਂਗਾ ਪਰ ਅੱਜ ਮੇਰੀਆਂ ਨਜ਼ਰਾਂ ਚੋਂ ਇੱਕ ਸਾਬਕਾ ਐਮਬੈਸਡਰ ਇੰਡੀਆ ਦਾ ਟੀਵੀ ਟੀਪੀ ਸ੍ਰੀ ਨਿਵਾਸਨ ਜੀ ਉਸ ਦਾ ਇੱਕ ਆਰਟੀਕਲ ਐਨ ਅਨਪ੍ਰੈਡਿਕਟੇਬਲ ਵੌਇਜ ਜਿਹੜਾ ਗੁਜ਼ਰਿਆ ਔਰ ਇਹ ਐਮਬੈਸਡਰ ਜਿਹੜਾ ਅੱਜ ਕੱਲ ਡਾਇਰੈਕਟਰ ਜਨਰਲ ਹੈ ਕੇਰਲਾ ਇੰਟਰਨੈਸ਼ਨਲ ਸੈਂਟਰ ਕੇਰਲਾ ਦੇ ਵਿੱਚ ਥਿਰੂ ਵੈਂਥਾਪੁਰਮ ਉਸ ਸ਼ਹਿਰ ਦੇ ਵਿੱਚ ਹੁਣ ਜ਼ਾਰ ਹੈ ਕਿ ਜਦੋਂ ਔਰ ਇਹ ਜਿਵੇਂ ਵਿਜ਼ਿਟ ਵੀ ਪਲਾਨ ਕੀਤੀ ਗਈ ਆਲਰੇਡੀ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਇਹਨੂੰ ਡੋਨਲਡ ਟਰੰਪ ਦੇ ਇਲੈਕਸ਼ਨ ਕੈਂਪੇਨ ਵੇਲੇ ਇਨਾਂ ਹੀ ਕਿਉਂਕਿ ਸਭ ਹਿੰਦੂ ਫਾਊਂਡੇਸ਼ਨ ਅਮਰੀਕਾ ਦੀ ਹੋਏ ਆਰਐਸਐਸ ਹੋਏ ਇਸ ਵੇਲੇ ਸਾਰਿਆਂ ਚ ਗੁਜਰਾਤੀ ਡੋਮੀਨੇਟ ਕਰਦੇ ਨੇ ਔਰ ਉਹਨਾਂ ਨੇ ਸਿਸਟਮੈਟਿਕਲੀ ਜਦੋਂ ਲਾਸਟ ਟਾਈਮ ਵੀ ਪ੍ਰੋਟੈਸਟ ਹੋ ਰਿਹਾ ਸੀ ਤਾਂ ਕੁਝ ਤਮਿਲ ਵੀ ਆ ਕੇ ਸਾਡੇ ਨਾਲ ਖਲੋਤੇ ਤੇ ਉਹਨਾਂ ਨੇ ਕਿਹਾ ਕਿ ਜੀ ਮਤਲਬ ਹੁਣ ਉਹਦੇ ਤੇ ਸਟੇਜ ਦੇ ਉੱਤੇ ਵੀ ਜਿਹੜਾ ਉਹਨਾਂ ਨੇ ਦੂਜੇ ਪਾਸੇ ਇੰਡੀਅਨਸ ਨੇ ਬਣਾਈ ਹੋਈ ਸੀ ਉਹਦੇ ਤੇ ਡਾਂਡੀਆਂ ਚੱਲ ਰਿਆ ਸੀ ਔਰ ਦੂਜੇ ਉਹਨਾਂ ਨੇ ਕਿਹਾ ਜੀ ਇਹਨਾਂ ਨੇ ਤੁਹਾਡੇ ਨਾਲ ਤਾਂ ਜੋ ਕੀਤਾ ਹੀ ਕੀਤਾ ਹੈ ਉਹ ਤਾਂ ਸਾਨੂੰ ਪਤਾ ਹੈ ਵੀ ਸਿੱਖਾਂ ਨਾਲ ਕੀ ਹੋਇਆ ਔਰ ਕੀ ਹੋ ਰਿਹਾ ਹੈ ਜੀ ਈਵਨ ਜਿਹੜਾ ਇੰਡੀਆ ਦੇ ਕਲਚਰ ਚ ਸਾਨੂੰ ਵੀ ਗਾਇਬ ਕਰਤਾ ਗਿਆ ਅਦਰਵਾਈਜ਼ ਜਿਨ੍ਹਾਂ ਸਟੇਜਿਸ ਤੇ ਭਾਰਤਨਾਟ్యం ਜਾਂ ਕਥਾਕਲੀ ਜਿਹੜਾ ਰੀਅਲ ਆਰਟ ਵਾਲੇ ਡਾਂਸ ਨੇ ਜਿਹੜੇ ਪ੍ਰੈਜ਼ੈਂਟ ਕੀਤੇ ਜਾਂਦੇ ਨੇ ਅਮਰੀਕਨਾਂ ਨੂੰ ਜਿਹੜੇ ਆ ਉਹ ਮੋਂਦੇ ਵੀ ਨੇ ਵੀ ਸਾਨੂੰ ਵੀ ਇਹਨਾਂ ਨੇ ਬਾਹਰ ਕਰ ਦਿੱਤਾ ਔਰ ਇਹ ਇਸ ਵੇਲੇ ਇੰਡੀਆ ਜਾਂ ਭਾਰਤ ਦਾ ਮਤਲਬ ਜਿਹੜਾ ਉਹ ਸਿਰਫ ਤੇ ਸਿਰਫ ਗੁਜਰਾਤ ਹੈ ਔਰ ਉਹਨਾਂ ਦਾ ਉਹ ਡਾਂਡੀਆਂ ਚੱਲ ਰਿਹਾ ਹੁੰਦਾ ਜਿਹਦਾ ਕੋਈ ਬਹੁਤਾ ਸਿਰ ਪੈਰ ਹੁੰਦਾ ਨਹੀਂ ਹੈ ਪਰ ਜਿਨ੍ਹਾਂ ਦਾ ਫਿਰ ਜਿਸ ਹੀ ਕੀ ਸਰਕਾਰ ਤਿਸੀ ਦਾ ਸਭ ਕੋਏ ਉਹਨਾਂ ਦੇ ਕਲਚਰ ਚੱਲਦੇ ਨੇ ਉਹਨਾਂ ਦੀ ਜ਼ੁਬਾਨ ਚੱਲਦੀ ਹੈ ਔਰ ਇਸ ਸਾਰੇ ਨੂੰ ਜਦੋਂ ਵੀ ਅਸੀਂ ਦੇਖਦੇ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਡੋਨਲਡ ਟਰੰਪ ਦੀ ਜਿਹੜਾ ਉਹਨੂੰ ਜਿਸ ਨੂੰ ਕਹਿੰਦੇ ਨੇ ਕਿ ਵੀ ਇਲੈਕਸ਼ਨ ਕਾਫਰਸ ਜਾਂ ਜਿਹੜਾ ਇਲੈਕਸ਼ਨ ਫੰਡ ਹੁੰਦਾ ਹੈ ਉਹਦੇ ਵਿੱਚ ਮਿਲੀਅਨਸ ਆਫ ਡਾਲਰਸ ਉਹਨਾਂ ਗੁਜਰਾਤੀਆਂ ਰਾਈਂ Hindu Foundation ਰਾਈਂ ਜਿਹੜਾ ਉਹ ਡੋਨੇਟ ਕਰਵਾਏ ਗਏ ਨਿਊ ਜਰਸੀ ਚ ਹੋਏ ਫੰਕਸ਼ਨ ਚ ਉਹ ਆਇਆ ਆਈ ਲਾਈਕ Hindu ਔਰ ਦੂਜਾ ਉਹਨੂੰ ਪਤਾ ਹੀ ਨਹੀਂ ਹੈ ਵੀ ਉਹ Hindu ਕੀ ਹੈ ਤੇ ਦੂਜਾ ਕੀ ਹੈ ਲੇਕਨ ਇਹਨਾਂ ਨੂੰ ਲਾਔਰ ਇਹ ਵੀ ਉਹਦੀ ਫੋਟੋ ਦੇ ਕੇ ਇੱਕ ਉਹਦੇ ਜਨਮ ਦਿਨ ਤੇ ਉਹਦੀ ਫੋਟੋ ਨੂੰ ਹੀ ਮੂੰਹ ਲਾਉਂਦੇ ਰਹੇ ਕਿ ਕੱਟ ਕੇ ਔਰ ਦੂਸਰਾ ਸਾਰੇ ਪਾਸੇ ਕਹਿੰਦੇ ਜੀ ਬਹੁਤ ਹੋਏਗਾ ਆਏਗਾ ਪਾਕਿਸਤਾਨ ਨੂੰ ਟੈਰਰ ਸਟੇਟ ਬਣਾ ਦੇਗਾ ਇੰਡੀਆ ਦੇ ਲਈ ਤਾਂ ਜੋ ਓਬਾਮਾ ਦੀ ਨੇੜਤਾ ਸੀ ਉਹਨੂੰ ਵੀ ਪਿੱਛੇ ਛੱਡ ਜਾਏਗਾ ਔਰ ਅਸੀਂ ਇੱਕ ਕਰਦੇ ਆਂਗੇ ਔਰ ਅਸੀਂ ਚਾਈਨਾ ਦੇ ਖਿਲਾਫ ਅਸੀਂ ਹੁਣ ਅਮਰੀਕਾ ਦਾ ਜਿਹੜਾ ਝੰਡਾ ਚੁੱਕ ਲਿਆ ਦਿਸ ਦੈਟ ਪਰ ਮੈਂ ਸਮਝਦਾ ਹਾਂ ਵੀ ਬਹੁਤ ਵਾਰ ਇਹ ਜਿਹੜਾ ਜਿਹਨੂੰ ਜਿੰਗੋਇਜ਼ਮ ਕਹਿੰਦੇ ਨੇ ਔਰ ਅਮਰੀਕਨਾਂ ਦੀ ਐਕਸਪ੍ਰੈਸ਼ਨ ਹੈ ਗੰਗੋ ਔਰ ਡਿਪਲੋਮੇਸੀ ਦੀ ਦੁਨੀਆ ਦੇ ਵਿੱਚ ਜਦੋਂ ਉਹਨਾਂ ਦੇ ਮਿਨਿਸਟਰਸ ਤੋਂ ਲੈ ਕੇ ਔਰ ਉਹਨਾਂ ਦੇ ਐਮਬੈਸਡਰਸ ਤੱਕ ਉਹ ਗੰਗ ਹੋ ਐਟੀਟਿਊਡ ਦਿਖਾਉਂਦੇ ਨੇ ਜੀ ਜਾਂ ਦਿਖਾਉਂਦੇ ਰਹੇ ਆ ਪਾਸ ਤੇ ਵਿੱਚ ਤੇ ਫਿਰ ਜ਼ਾਰ ਹੁੰਦਾ ਜੋ ਕ੍ਰਿਕਟ ਟਰਾਫੀ ਦੇ ਵੇਲੇ ਹੋਇਆ ਚੈਂਪियंस ਟਰਾਫੀ ਦੇ ਵੇਲੇ ਕਿ ਕਿਵੇਂ ਕੀ ਬਣੇ ਹੋਏ ਸੀ ਤੇ ਅਖੀਰ ਜਿਹੜਾ ਉਹ ਬਹਿ ਗਏ ਸੋਡੇ ਦੀ ਝੱਗ ਵਾਂਗਨ ਉਹ ਵੀ ਹੁੰਦੀ ਆ ਝੱਗ ਬੜੀ ਨਿਕਲਦੀ ਆ ਬਹਿ ਜਾਂਦੀ ਔਰ ਡਿਪਲੋਮੇਸੀ ਦੇ ਵਰਡਸ ਤਾਂ ਜਦੋਂ ਤੁਸੀਂ ਇਹਨਾਂ ਦਾ ਤੁਸੀਂ ਦੇਖੋ ਕਿਸ ਕਿਸਮ ਦਾ ਵਰਤਾਰਾ ਸੀ ਤਾਂ ਮੈਨੂੰ ਇੱਕ ਬੜੀ ਪੌਪੂਲਰ ਕੋਟ ਪਤਾ ਨਹੀਂ ਕਿਹਦੀ ਹੈ ਔਰ ਡਿਪਲੋਮੇਸੀ ਬਾਰੇ ਉਹ ਕਹਿੰਦਾ ਹੈ ਕਿ ਬਈ ਵੈਨ ਅ ਡਿਪਲੋਮੈਟ ਸੇਜ਼ ਯੈਸ ਹੀ ਮੀਨਸ ਪਰਹੈਪਸ ਇਫ ਹੀ ਸੇਜ਼ ਪਰਹੈਪਸ ਹੀ ਮੀਨਸ ਨੋ ਇਫ ਹੀ ਸੇਜ਼ ਨੋ ਹੀ ਇਜ਼ ਅ ਨੋ ਡਿਪਲੋਮੈਟ ਹੁਣ ਡਿਪਲੋਮੈਟ ਤਾਂ ਜਿਹੜਾ ਉਹ ਸ਼ੋਰ ਸਰਟਨ ਇਹ ਕਰਦਾ ਹੀ ਨਹੀਂ ਹੈ ਪਰ ਇਹਨਾਂ ਨੇ ਜਵੇਂ ਆਪਣੀ ਜਿਹੜੀ ਹੈ ਉਹ ਨਿਊਕਲੀਅਰ ਸਪਲਾਇਰ ਗਰੁੱਪ ਦੀ ਲਾਬਿੰਗ ਹੋਏ ਪਾਕਿਸਤਾਨ ਨੂੰ ਫੇਲਡ ਸਟੇਟ ਸਾਬਤ ਕਰਨ ਦੇ ਲਈ ਉਹ ਬ੍ਰਿਕਸ ਮੀਟਿੰਗ ਗੋਆ ਚ ਹੋਏ ਉਹ ਹਾਰਟ ਆਫ ਏਸ਼ੀਆ ਕਾਨਫਰੰਸ ਅੰਮ੍ਰਿਤਸਰ ਚ ਹੋਏ ਉਹ ਯੂਨਾਈਟਿਡ ਨੇਸ਼ਨਸ ਉਹ ਕਿਹੜਾ ਫੋਰਮ ਇਹਨਾਂ ਨੇ ਪਿਛਲੇ 2-3 ਸਾਲ ਚ ਛੱਡਿਆ ਜਿਹਦੇ ਚ ਇਹਨਾਂ ਨੇ ਪਾਕਿਸਤਾਨ ਨੂੰ ਜਿਹੜਾ ਮਾਰਜਨਲਾਈਜ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਔਰ ਕਿਸ ਹੱਦ ਤੱਕ ਜਾ ਕੇ ਲੇਕਿਨ ਹਰ ਪਾਸੇ ਮੂੰਹ ਦੀ ਖਾਦੀ ਹੈ ਔਰ ਹੁਣ ਚੰਗੀ ਗੱਲ ਹੈ ਵੀ ਇਹਨਾਂ ਦੇ ਐਮਬੈਸਡਰ ਵੀ ਇਹ ਮੰਨਣ ਲੱਗ ਗਏ ਕਿ ਵੀ ਇਹ ਡੋਨਲਡ ਟਰੰਪ ਦਾ ਜਿਹੜਾ ਇਹ ਸਾਰਾ ਹੀ ਪੀਰੀਅਡ ਆਇਆ ਅਸੀਂ ਤਾਂ ਸਾਰੇ ਪਾਸਿਓਂ ਹੀ ਗਏ ਔਰ ਇਹਦੇ ਵਿੱਚ ਉਹਨੇ ਜਦੋਂ ਸ੍ਰੀ ਨਿਵਾਸਨ ਨੇ ਐਮਬੈਸਡਰ ਨੇ ਕਿਹਾ ਐਨ ਅਨਪ੍ਰੈਡਿਕਟੇਬਲ ਵੌਇਜ ਕਿ ਕਿਧਰ ਨੂੰ ਜਾਏਗੀ ਗੱਲ ਡੋਨਲਡ ਟਰੰਪ ਕੀ ਕਰੇਗਾ ਮੈਂ ਇਹਦੀ ਹੈਡਲਾਈਨ ਚ ਲਿਖਿਆ ਸੀ ਮੈਂ ਕਿਹਾ ਇੱਕ ਪਾਸੇ ਈਗੋ ਮੈਨ ਇੱਕ ਡੋਨਲਡ ਟਰੰਪ ਹੈ ਉਹ ਵੀ ਸੁੱਤਾ ਉੱਠਦੇ ਆ ਆਪਣਾ ਟਵੀਟ ਕਰਦਾ ਤੇ ਕ ਤੇ ਦੂਜੇ ਪਾਸੇ ਹਾਈਪਰਬੋਲ 26 54 ਇੰਚ ਵਾਲਾ ਮੋਦੀ ਹੈ ਜਦੋਂ ਆਹਮੋ ਸਾਹਮਣੇ ਬੈਠਣਗੇ ਇਹ ਲੜੀ ਨਾ ਪੈਣਾ ਆਪਸ ਚ ਉਹ ਕਹੇ ਵੀ ਹਮ 56 ਇੰਚ ਦਾ ਹਮਾਰਾ ਸੀਨਾ ਤੇ ਉਹ ਕਹੇ ਵੀ ਚੱਲ ਬਾਹਰ ਯੂ ਕੋਹੇਰੈਂਟ ਕਿੰਗ ਪਰਸਨ ਸੋ ਐਨੀਵੇ ਇਹ ਤਾਂ ਹੁਣ ਉਹਨਾਂ ਨੂੰ ਵੀ ਪਤਾ ਲੱਗੇਗਾ ਵੀ ਲੇਕਨ ਇਸ ਦਾ ਇਹਨਾਂ ਦੇ ਵੀ ਜਿਹੜੇ ਸੰਜੀਦਾ ਲੋਕ ਨੇ ਉਹਨਾਂ ਨੂੰ ਫਿਕਰ ਪਿਆ ਹੋਇਆ ਹੈ ਕਬੀ ਇਹ ਕਿੱਧਰ ਨੂੰ ਜਾਏਗੀ ਗੱਲ ਔਰ ਉਹਦੇ ਚ ਉਹਨੇ ਸੈਕਿੰਡ ਕਿਹਾ ਦਾ ਪ੍ਰਾਈਮ ਮਿਨਿਸਟਰ ਵਿਲ ਬੀ ਵਾਕਿੰਗ ਔਨ ਥਿਨ ਆਈਸ ਵੈਨ ਹੀ ਵਿਜ਼ਿਟਸ ਦਾ ਵਾਈਟ ਹਾਊਸ ਹੁਣ ਤੁਰਨਾ ਤਾਂ ਇਹਨਾਂ ਨੂੰ ਪਤਾ ਨਹੀਂ ਕਿੰਨਾ ਕੋ ਹੁੰਦਾ ਤੇ ਹੁਣ ਥਿਨ ਆਈਸ ਦੇ ਉੱਤੇ ਤੁਰਣ ਦਾ ਮਤਲਬ ਉਹ ਜ਼ਾਰ ਹੈ ਵੀ ਪਤਾ ਨਹੀਂ ਤਿਲਕ ਕੇ ਨੇ ਗਿੱਟਾ ਤੜਵਾ ਲੈਣਾ ਹੈ ਕਿ ਗੁੱਡਾ ਤੜਵਾ ਲੈਣਾ ਹੈ ਕਿ ਚੂਲਾ ਨਿਕਲ ਜਾਣਾ ਦਿਸ ਇਜ਼ ਲਾਈਕ ਵਾਕਿੰਗ ਔਨ ਥਿਨ ਆਈਸ ਔਰ ਉਹਦੇ ਚ ਜਿਹੜੇ ਬੇਸਿਕ ਚੈਲੰਜ ਇਹਨਾਂ ਹੀ ਆਇਡੈਂਟੀਫਾਈ ਕੀਤੇ ਨੇ ਹਾਲਾਂਕਿ ਇਹ ਨਾਂ ਵੀ ਕਰਦਾ ਮੈਂ ਆਇਡੈਂਟੀਫਾਈ ਕਰਨੇ ਸੀ ਲੇਕਿਨ ਮੈਨੂੰ ਇਹ ਚੰਗਾ ਲੱਗਾ ਕਿ ਮੈਂ ਕਿਹਾ ਵੀ ਹੁਣ ਜਿਹੜੇ ਇਹਨਾਂ ਦੇ ਹੀ ਗੁਣ ਇਹਨਾਂ ਦੇ ਜਿਹੜੇ ਬੜੇ ਐਕਸਪਰਟ ਔਰ ਇਹ ਜੜੀਆਂ ਰਿਸਰਚ ਇੰਸਟੀਚੂਟਸ ਬਣਾ ਕੇ ਬੈਠੇ ਹੋਏ ਨੇ ਇਹਨਾਂ ਨੂੰ ਵੀ ਨਜ਼ਰ ਆ ਰਿਹਾ ਵੀ ਅਸੀਂ ਕਿੱਥੇ ਸਟੈਂਡ ਕਰਦੇ ਜੀ ਸੋ ਉਹਦੇ ਚ ਉਹਨੇ ਕਿਹਾ ਕਿ ਭਈ ਇਹ ਮੋਦੀ ਦੀ ਜਿਹੜੀ ਹੈ ਬੜੀ ਹੈਜ਼ਰਡਸ ਜਰਨੀ ਹੈ ਪੋਲਿਟੀਕਲ ਡਿਪਲੋਮੈਟਿਕਲ ਲਾਈਫ ਦੀ ਕਿਉਂਕਿ ਜਦੋਂ ਉਹਨੇ ਨਾਟ ਓਨਲੀ ਇਸ ਮੋਦੀ ਇਸ ਗ੍ਰੇਟੈਸਟ ਅਚੀਵਮੈਂਟ ਦਾ ਨਿਊ ਹਾਈਟਸ ਆਫ ਇੰਡੋ ਯੂਐਸ ਰਿਲੇਸ਼ਨਸ ਹੈਡ ਸਕੈਲਡ ਇਨ 2016 ਇਨ ਜੈਪਰਡੀ ਬਟ ਆਲਸੋ ਦਾ ਵਾਈਟ ਹਾਊਸ ਇਟਸੈਲਫ ਇਸ ਉਹਨਾਂ ਨੂੰ ਇਹ ਪਤਾ ਹੈ ਵੀ ਇਹ ਮੀਟਿੰਗ ਇਹਨਾਂ ਨੂੰ ਦਿੱਤੀ ਨਹੀਂ ਉਹ ਮਿਲਣਾ ਹੀ ਨਹੀਂ ਸੀ ਚਾਹੁੰਦਾ ਹਾਲਾਂ ਜਿਹੜੇ ਥਰਡ ਰੇਟ ਵੀ ਗਿਣੇ ਜਾਂਦੇ ਸੀ ਇੰਡੀਆ ਨੂੰ ਲੱਗਦਾ ਸੀ ਕਿ ਵੀ ਪੈਂਦੇ ਸੱਟੇ ਜਿਹੜਾ ਸਾਨੂੰ ਚੀਨ ਦੇ ਬਰਾਬਰ ਇਹਨਾਂ ਨੇ ਰੱਖਣਾ ਔਰ ਉਹ ਚਾਈਨਾ ਜਾ ਕੇ ਉਹਨੇ ਚਾਈਨੀਜ਼ ਪ੍ਰੈਜ਼ੀਡੈਂਟ ਨੂੰ ਇੱਥੇ ਹੋਸਟ ਕੀਤਾ ਜਪਾਨੀਜ਼ ਪ੍ਰੈਜ਼ੀਡੈਂਟ ਦੋ ਦਿਨ ਆਇਆ ਇਵਨ ਤੁਰਕੀ ਔਰ ਖੁਦ ਸਾਊਦੀ ਅਰੇਬੀਆ ਚਲਾ ਗਿਆ ਉਹਨਾਂ ਨੇ ਸਮਝਦਾ ਸੀ ਜੀ ਅਸੀਂ ਇਸਲਾਮਿਕ ਟੈਰਰਿਜ਼ਮ ਦੇ ਨਾਂ ਥੱਲੇ ਇਹਨਾਂ ਦੀ ਬੱਸ ਦੇ ਉੱਤੇ ਚੜੇ ਹੋਏ ਆ ਉੱਥੇ ਜੋ ਸਭ ਤੋਂ ਪਹਿਲਾਂ ਉੱਥੇ ਪਹੁੰਚਿਆ ਉੱਥੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ ਵੀ ਮਿਲਿਆ ਨਵਾਜ਼ ਸ਼ਰੀਫ ਨੂੰ ਸੋ ਕੁੱਲ ਮਿਲਾ ਕੇ ਇਹਨਾਂ ਨੇ ਦੇਖਿਆ ਕਿ ਵੀ ਮੁੜ ਕੇ ਤਾਂ ਕੀ ਹੋਣਾ ਹੈ ਆਲਰੇਡੀ ਜੋ ਉਹਦਾ ਆਪਣਾ ਹਾਲ ਚੱਲ ਰਿਹਾ ਹੈ ਟਰੰਪ ਦਾ ਜਿਹੜਾ ਉਹ ਇਵਨ ਸੈਨੇਟਰ ਵੀ ਉਹਨੂੰ ਟੈਸਟੀਮਨੀ ਲਈ ਕਹਿ ਸਕਦੀ ਹੈ ਜੇ ਤਾਂ ਉਹਨੂੰ ਵੈਲਕਮ ਕੀਤਾ ਉਹਨਾਂ ਨੇ ਵੀ ਟੈਸਟੀਫਾਈ ਕਰੋ ਆਲਰੇਡੀ ਉਹ ਇਸ਼ੂ ਬਣਿਆ ਹੋਇਆ ਹੈ ਮਿਡਲ ਈਸਟ ਦੇ ਵਿੱਚ ਇਹ ਹੁਣ ਸੀਰੀਆ ਦਾ ਜਿਹੜਾ ਇੱਕ ਜਹਾਜ਼ ਉਹਨਾਂ ਨੇ ਹੋਰ ਡਰੋਨ ਜਿਹੜਾ ਉਹ ਸੁੱਟਿਆ ਜੀ ਉਹ ਰਸ਼ੀਆ ਆਲਰੇਡੀ ਪ੍ਰੋਟੈਸਟ ਕਰ ਰਿਹਾ ਹੈ ਪਰ ਮੈਂ ਜਿਹੜੇ ਇਹਨਾਂ ਦੇ ਕਨਜ਼ਰਵੇਟਿਵ ਰਾਈਟਰਸ ਨੇ ਖਾਸ ਤੌਰ ਤੇ ਪੈਟ੍ਰਿਕ ਬੋਕੈਨਨ ਉਹ ਇਹ ਕਹਿ ਰਹੇ ਸੀ ਕਿ ਜੋ ਨੀਤੀ ਚੱਲ ਰਹੀ ਹੈ ਇਹ ਇਵਨ ਰਸ਼ੀਆ ਨਾਲ ਸਿੱਧੀ ਟੱਕਰ ਦੀ ਲਾਈਨ ਜਿਹੜੀ ਹੈ ਉਹ ਉਦੀ ਸ਼ੁਰੂਆਤ ਹੋ ਸਕਦੀ ਸੋ ਕੁੱਲ ਮਿਲਾ ਕੇ ਇਸ ਕਿਸਮ ਦਾ ਇੰਟੈਂਗਲ ਹੋਇਆ ਹੋਇਆ ਸਾਰੇ ਪਾਸੇ ਇਹਨੇ ਮੋਦੀ ਨਾਲ ਗੱਲ ਕਰ ਪਰ ਇਹ ਇਹਨਾਂ ਦੀ ਪ੍ਰੈਸਟੇਜ ਬਣੇ ਸੀ ਤਰਲੇਮਿੰਤਾ ਕਰਕੇ ਇਹਨਾਂ ਨੇ ਇਹ ਲੰਚੀਆਨ ਮੀਟਿੰਗ ਜਿਹੜੀ 26 ਜੂਨ ਨੂੰ ਦੁਪਹਿਰੇ ਹੋਣੀ ਹੈ ਇਹ ਕੱਢੀ ਹੈ ਔਰ ਇਸ ਐਮਬੈਸਡਰ ਦਾ ਇਹ ਮੰਨਣਾ ਕਿ ਭਈ ਇਹ ਜਿਹੜਾ ਬੜੀ ਜਿਹੜੀ ਹੈ ਟ੍ਰਾਇੰਗ ਹੋਏਗਾ ਇਹਦੇ ਲਈ ਔਰ ਉਹਨੇ ਕਿਹਾ ਕਿ ਭਈ ਇਹ ਜਿਹੜੀ ਬਾਈਲੇਟਰਲ ਰਿਲੇਸ਼ਨਸ ਨੇ ਉਦੇ ਚੜੀ ਇੰਡੀਆ ਦੀ ਐਕਸਪੈਕਟੇਸ਼ਨ ਸੀ ਕਨਟੇਨਮੈਂਟ ਅਗੇਂਸਟ ਚਾਈਨਾ ਇਨ ਕੰਟਰਾਸਟ ਟੂ ਹਿਸ ਪ੍ਰੀਡੈਸੈਸਰ ਬੁਰਾਕ ਆਬਾਮਾਜ਼ ਪਾਲਿਸੀ ਆਫ ਕੈਲੀਬ੍ਰੇਟਿਡ ਕੋਆਪਰੇਸ਼ਨ ਕਿ ਜੀ ਸਾਨੂੰ ਚਾਈਨਾ ਦੀ ਕਨਟੇਨਮੈਂਟ ਕਰੇਗਾ ਪਰ ਉਹਨੇ ਕਿਹਾ ਜੀ ਕਿ ਟਰੰਪ ਨੇ ਭਾਵੇਂ ਆਪਣੇ ਇਲੈਕਸ਼ਨ ਕੈਂਪੇਨ ਦੇ ਦੌਰਾਨ ਚਾਈਨਾ ਨੂੰ ਕਰੰਸੀ ਮੈਨੀਪੂਲੇਟਰ ਕਿਹਾ ਸੀ ਔਰ ਇਹ ਕਿਹਾ ਸੀ ਕਿ ਵੀ ਇਹ ਯੂ ਐਸ ਇਕਨੋਮੀ ਦੇ ਕਾਉਂਟਰ ਚ ਪਰ ਜੁਆਇਨ ਨਾਰਥ ਕੋਰੀਆ ਦਾ ਕ੍ਰਾਈਸਿਸ ਸਾਹਮਣੇ ਆਇਆ ਹੈ ਟਰੰਪ ਨੇ ਜਿਹੜਾ ਉਹ ਚਾਈਨਾ ਨੂੰ ਗਲਵਕੜੀ ਚ ਲੈ ਲਿਆ ਔਰ ਸਾਰੀ ਪਾਲਿਸੀ ਬਦਲ ਕੇ ਰੱਖ ਦਿੱਤੀ ਫਿਰ ਉਹਨੇ ਕਿਹਾ ਕਿ ਵੀ ਟੈਰਰ ਕਿ ਵੀ ਇੱਕ ਜਿਹੜਾ ਪਾਰਟ ਸੀ ਟਰੰਪ ਦਾ ਐਕਸਟ੍ਰੀਮ ਐਂਟਾਗੋਨਿਜ਼ਮ ਟੁਵਰਡਸ ਦਾ ਇਸਲਾਮਿਕ ਵਰਲਡ ਵਿਚ ਫਾਊਂਡ ਐਕਸਪ੍ਰੈਸ਼ਨ ਇਨ ਦਾ ਟਰੈਵਲ ਬੈਨ ਅਗੇਂਸਟ ਡੈਜ਼ਿਗਨੇਟਿਡ ਕੰਟਰੀਜ਼ ਦਾ ਸਟੇਟਿਡ ਰੀਜ਼ਨ ਫਾਰ ਦਾ ਬੈਨ ਵਾਸ ਟੈਰਰਿਜ਼ਮ ਬਟ ਦਾ ਵਰਸਟ ਐਕਸਪੋਰਟਰਸ ਆਫ ਟੈਰਰਿਜ਼ਮ ਲਾਈਕ ਪਾਕਿਸਤਾਨ ਵਰ ਐਕਸਕਲੂਡਡ ਉਹ ਇਹ ਆਪ ਮੰਨਦਾ ਹੈ ਕਿ ਜੇ ਅਸੀਂ ਤਾਂ ਸਮਝਦੇ ਸੀ ਜੇ ਪਹਿਲਾ ਪਾਕਿਸਤਾਨ ਹੋਏਗਾ ਜਿਹਦੇ ਤੇ ਬਾਬੰਦੀ ਜਿੱਥੋਂ ਆਣ ਪਰ ਜਿਹੜੇ ਸੱਤ ਦੇਸ਼ ਭਾਵੇਂ ਬਾਅਦ ਜੁਡੀਸ਼ਰੀ ਨੇ ਰੋਕ ਵੀ ਦਿੱਤਾ ਉਹਨਾਂ ਚ ਵੀ ਪਾਕਿਸਤਾਨ ਨਹੀਂ ਸੀ ਫਿਰ ਉਹਨੇ ਕਿਹਾ ਕਿ ਭਈ ਉਹਨੂੰ ਇਸਲਾਮਿਕ ਟੈਰੋਰਿਜ਼ਮ ਨੂੰ ਤਾਂ ਕੀ ਕਰਨਾ ਸੀ ਫਿਰ ਜਿਹੜੇ 트ੰਪਸ ਆਫ ਸਾਊਦੀ ਅਰੇਬੀਆ ਪਹੁੰਚ ਗਏ ਔਰ ਉੱਥੇ ਉਹਨਾਂ ਨੇ ਮੁਸਲਮ ਮੈਜੋਰਟੀ ਕੰਟਰੀਜ਼ ਨੂੰ ਲੈਕਚਰ ਜ਼ਰੂਰ ਦਿੱਤਾ ਪਰ ਆਣ ਲੱਗਿਆ ਜਿਹੜਾ ਉਹ ਉਹਨਾਂ ਨੇ ਜਿਹੜਾ ਇੱਕ ਵੱਡਾ ਜਿਹੜਾ ਉਹ डील साइन ਕਰ ਲਈ ਸਾウਦੀ ਅਰੇਬੀਆ ਨਾਲ ਉਹਨੇ ਕਿਹਾ ਜੀ ਬਹੁਤ ਵੱਡੀ ਫਿਗਰ ਦੀ ਕੀਤੀ ਸ਼ਾਇਦ 140 ਬਿਲੀਅਨ ਕੇ ਕੀ ਸੋ ਕੁੱਲ ਮਿਲਾ ਕੇ ਉਹਨੇ ਕਿਹਾ ਕਿ ਵੀ ਨਾਲ ਹੀ ਉਹਨੇ ਪਾਕਿਸਤਾਨ ਦੀ ਤਾਰੀਫ ਕੀਤੀ ਕਿ ਜੀ ਤੁਸੀਂ ਅਫਗਾਨਿਸਤਾਨ ਚ ਟੈਰਰ ਨਾਲ ਲੜ ਰਹੇ ਹੋ ਔਰ ਇਹ ਜਿਹੜਾ ਇਹ ਉਹਨਾਂ ਨੇ ਕਿਹਾ ਵੀ ਮਿਸਟਰ ਮੋਦੀਜ਼ ਕਨਸਰਨਸ ਓਵਰ ਕ੍ਰਾਸ ਬਾਰਡਰ ਟੈਰਰਿਜ਼ਮ ਆਰ ਨਾਟ ਲਾਈਕਲੀ ਟੂ ਗੈਟ ਏ ਸਿੰਪੈਥੈਟਿਕ ਹੀアリング ਇਨ واਸ਼ਿੰਗਟਨ ਜੇ ਜਦੋਂ ਮੋਦੀ ਨੇ ਉੱਥੇ ਕ੍ਰਾਸ ਬਾਰਡਰ ਟਰੇਰਿਜ਼ਮ ਦਾ ਕਹਿਣਾ ਉਹ ਸੁਣਨ ਵਾਲੇ ਕੰਨ ਨਹੀਂ ਹੈਗੇ ਕਿਉਂਕਿ ਆਲਰੇਡੀ ਲਾਈਨ ਉਹਨਾਂ ਨੇ ਡਿਫਰੈਂਟ ਲੈ ਲਈ ਜੀ ਫਿਰ ਉਹਨਾਂ ਨੇ ਕਿਹਾ ਜੀ ਮੋਦੀ ਇੱਥੇ ਜੇ ਹੁਣ ਕਰ ਰਿਹਾ ਹੈ ਮੇਕ ਇਨ ਇੰਡੀਆ ਐ ਡਿਜੀਟਲ ਇੰਡੀਆ ਐ ਤੇ ਟਰੰਪ ਨੇ ਅਮਰੀਕਾ ਫਰਸਟ ਦੀ ਲਾਈਨ ਦਿੱਤੀ ਹੈ ਪਰ ਉਹਦੇ ਥੱਲੇ ਜਿਹੜਾ ਹੁਣ ਇਹਨਾਂ ਦਾ ਆਈਟੀ ਇੰਡਸਟਰੀ ਦਾ ਹੈ ਆਈਟੀ ਪ੍ਰੋਫੈਸ਼ਨਲਸ H1B ਵੀਜ਼ਾ ਮੁੱਦਿਆਂ ਦੇ ਉੱਤੇ ਮੋਦੀ ਕੀ ਕਹੇਗਾ ਹੁਣ ਜੇ ਉਹ ਖੁਦ ਉੱਥੇ ਕਹਿ ਰਿਹਾ ਜੀ ਇੰਡੀਆ ਜਿਹੜਾ ਮੇਕ ਇਨ ਇੰਡੀਆ ਐ ਉਹਨੇ ਕਹਿਣਾ ਕਿ ਜੀ ਅਮਰੀਕਨ ਅਮਰੀਕਾ ਫਰਸਟ ਵੀ ਅਸੀਂ ਜੇ ਸਾਡੇ ਇੰਜੀਨੀਅਰ ਵੇਲੇ ਨੇ ਔਰ ਤੁਹਾਡੇ ਸਸਤੇ ਭਾਅ ਆ ਕੇ ਇੱਥੇ ਕੰਮ ਕਰਦੇ ਨੇ ਅਸੀਂ ਉਹਨਾਂ ਨੂੰ ਨਹੀਂ ਟੋਲਰੇਟ ਕਰਦੇ ਸੋ ਉਹਨੇ ਕਿਹਾ ਵੀ ਇਹ ਇੱਕ ਬੜਾ ਕਲਾਸ ਕੇਸ ਹੋਏਗਾ ਟੈਸਟ ਕਰਨ ਦਾ ਸੋ ਉਹਨੇ ਕਿਹਾ ਕਿ ਵੀ ਇਹ ਜਿਹੜਾ ਓਬਾਮਾ ਨੇ ਇੰਡੋ ਯੂ ਐਸ ਰਿਲੇਸ਼ਨਸ ਦਾ ਆਰਕੀਟੈਕਚਰ ਬਣਾਇਆ 트ੰਪ ਦੀ ਲਾਈਨ ਇਹ ਆ ਜੋ ਓਬਾਮਾ ਨੇ ਕੀਤਾ ਉਹਨੂੰ ਢਾ ਦੇਣਾ ਤੇ ਹੁਣ ਮੋਦੀ ਕੀ ਕਹੇਗਾ ਜੀ ਓਬਾਮਾ ਸਾਹਿਬ ਨੇ ਸਾਡੇ ਨਾਲ ਇਹ ਇਕਰਾਰ ਕੀਤਾ ਸੀ ਉਹਨੇ ਕਿਹਾ ਆਲ ਰਾਈਟ ਦੈਨ एवरीथिंग ਇਜ਼ ਡਿਮੋਲਿਸ਼ਡ ਕੁਝ ਨਹੀਂ ਅਸੀਂ ਮੰਨਦੇ ਸੋ ਉਹਨੇ ਕਿਹਾ ਵੀ ਇਹ ਜਿਹੜਾ ਫਿਰ ਉਹਨੇ ਕਿਹਾ ਵੀ ਇੰਡੀਆ ਦਾ ਉਹਨੇ ਜਲੂਸ ਕੱਢਿਆ ਜਦੋਂ ਅਮਰੀਕਾ ਪੈरिस ਜਿਹੜਾ ਕਲਾਈਮੇਟ ਟ੍ਰੀਟੀ ਤੋਂ ਪਾਸੇ ਹੋਇਆ ਤਾਂ ਉਹਨੇ ਕਿਹਾ ਜੀ ਇੰਡੀਆ ਵਰਗੇ ਦੇਸ਼ਾਂ ਨੇ ਦੇ ਟੁੱਕ ਬਿਲੀਅਨਸ ਐਂਡ ਬਿਲੀਅਨਸ ਐਂਡ ਬਿਲੀਅਨਸ ਟਰੰਪ ਨੇ ਉਹਦੇ ਐਗਜ਼ੈਕਟ ਵਰਡ ਹੈ ਡਾਲਰਸ ਟੂ ਸਾਈਨ ਥਿਸ ਉਹਨੇ ਕਿਹਾ ਵੀ ਖਾਮ ਖਾ ਸਾਨੂੰ ਕੜੀ ਸਿਆ ਵਿੱਚ ਔਰ ਇਹ ਹੁਣ ਇਹਦੇ ਤੇ ਹੁਣ ਹੋਰ ਤੱਕ ਕਰਨ ਤੋਂ ਹਾਂ ਉਹਨੇ ਇਹ ਕੇ ਅਲਟੀਮੇਟਲੀ ਔਰ ਮੈਂ ਵੀ ਸਮਝਦਾ ਵੀ ਹੈ ਕਿ ਹੁਣ ਇੱਕੋ ਚੀਜ਼ ਜਿਹੜੀ ਕਿ 트럼ਪ ਦੇ ਕੰਨਾਂ ਨੂੰ ਚੰਗੀ ਲੱਗ ਸਕਦੀ ਹੈ ਤੇ ਮੋਦੀ ਜਿਹਦੇ ਰਾਹੀਂ ਕੋਈ ਮਾੜੀ ਮੋਟੀ ਇੱਜ਼ਤ ਬਚਾ ਕੇ ਜਾ ਸਕਦਾ ਹੈ ਕਿ ਇਹ ਕਿੰਨੇ ਦੇ ਹਥਿਆਰ ਖਰੀਦੇ ਨੇ ਅਮਰੀਕਾ ਤੋਂ ਉਹਨੇ ਕਹਿਣਾ ਡੋਨਰ 트럼ਪ ਨੇ ਕਹਿਣਾ ਮਿਸਟਰ ਮੋਦੀ ਕਮ ਲੈਟਸ ਟਾਕ ਬਿਜ਼ਨਸ ਨਾਓ ਵਾਟ ਯੂ ਆਰ ਬਾਈਂਗ ਸੋ ਉਹ ਜੇ ਉਹਨੇ ਖਿਆ ਕਹਿੰਦਾ ਵੀ ਇਹ ਮੋਦੀ ਆਣ ਲੱਗੇ ਆਪਣੇ 에어 ਫੋਰਸ ਨੇਵੀ ਔਰ ਦੂਜੀ ਜਿਹੜੀ ਹੈ ਗਰਾਉਂਡ ਇਨਫੈਂਟਰੀ ਉਹਨਾਂ ਦੇ ਚੀਫਸ ਦੀ ਲਿਸਟ ਲਿਆ ਉਹ ਸੌਦੇ ਦੀ ਵੀ ਸੌਦਾ ਕੀ ਖਰੀਦਣ ਤੇ ਉਹ ਸਾਹਮਣੇ ਰੱਖ ਦੇ ਤੇ ਉਹ ਡੀਲ ਬਣਾ ਲੈ ਫਿਰ ਭਾਵੇਂ ਮਾੜਾ ਮੋਟਾ ਉਹਨਾਂ ਨੂੰ ਕੰਨ ਮਿਲ ਜਾਏਗਾ ਉਹਨੇ ਕਿਹਾ ਕਿ ਹੀ ਸ਼ੁੱਡ ਮਿਸਟਰ ਮੋਦੀ ਵਿਲ ਡੂ ਵੈਲ ਟੂ ਕਲੈਕਟ ਸ਼ੋਪਿੰਗ ਲਿਸਟਸ ਆਫ आवर ਸਰਵਿਸ ਚੀਫਸ ਬਿਫੋਰ ਬੋਰਡਿੰਗ ਹਿਸ ਫਲਾਈਟ ਜਹਾਜ਼ ਚੜ੍ਹਨ ਤੋਂ ਪਹਿਲਾਂ ਉਹ ਲੈਸਟਲ ਸਿንስ ਕ੍ਰੀਏਟਿੰਗ ਜੌਬਸ ਇਨ ਦਾ ਯੂ ਐਸ ਇਸ ਮਿਸਟਰ ਟਰੰਪਸ ਫਸਟ ਪ੍ਰਾਇਰੀਟੀ ਅ ਫਿਊ ਗੁੱਡ ਆਰਡਰਸ ਫॉर ਯੂ ਐਸ ਮੇਡ ਵੈਪਨਸ ਮੇ ਗਲੈਡ ਇਨ ਹਿਸ ਹਾਰਟ ਵੀ ਯੂ نو ਟਰੰਪ ਦਾ ਦਿਲ ਖੁਸ਼ ਹੋ ਜਾਇਆ ਕਿ ਵੀ ਚਲੋ ਕੋਈ ਨਾ ਕੋਈ ਸੌਦਾ ਵੀ ਕਰ ਫਿਰ ਉਹਨੇ ਕਿਹਾ ਜੀ ਨਿਊਕਲੀਅਰ ਟ੍ਰੇਡ ਹੁਣ ਬੇਸ਼ੱਕ ਇੰਡੋ ਯੂ ਐਸ ਨਿਊਕਲੀਅਰ ਡੀਲ ਬੁਸ਼ ਨੇ ਕੀਤੀ ਜੂਨੀਅਰ ਬੁਸ਼ ਨੇ ਪਰ ਉਥੇ ਇਹ ਆ ਗਿਆ ਕਿ ਵੀ ਇਹ 6 ਪਲਾਂਟ ਵੀ ਰਹਿਣਗੇ ਤੇ ਜਿਹੜੀ ਅਮਰੀਕਨ ਕੰਪਨੀ ਨੇ ਵੈਸਟਿੰਘਹਾ우스 ਨੇ ਲਾਣੇ ਸੀ ਉਹ ਬੈਗਰਪਟ ਹੋ ਗਈ। ਔਰ ਹੁਣ ਰਸ਼ੀਅਨ ਪ੍ਰੈਜ਼ੀਡੈਂਟ ਵਲੈਡੀ ਜਿਹੜਾ ਵਲੈਡੀ ਮੀਰ ਪੁਤਿਨ ਹੈ ਉਹਨੇ ਕੁਡਾਨ ਕੁਲਾਮ ਜਿਹੜਾ ਕੁਡਾਨ ਕੁਲਾਮ ਇਹਦਾ ਪ੍ਰੋਨਨਸिएशन ਤਾਮਿਲਨਾਡ ਦੇ ਵਿੱਚ ਹੈ ਉਹ ਨਿਊਕਲੀਅਰ ਪਲਾਂਟ ਦੇ ਲਈ ਸਾਈਨ ਕਰ ਦਸੋ ਅਮਰੀਕਨਾਂ ਨੂੰ ਜਿਹੜਾ ਇਹਨਾਂ ਨੇ ਬੜੇ ਚਾ ਨਾਲ ਉਹਨਾਂ ਨੂੰ ਜਿਹੜਾ ਆਫ ਕਰਵਾਇਆ ਨਿਊਕਲੀਅਰ ਸਪਲਾਈਅਰ ਗਰੁੱਪ ਦੀ ਰੈਸਟ੍ਰਿਕਸ਼ਨ ਚ ਉਹ ਦੂਜੇ ਉਹ ਵੀ ਬਿਜ਼ਨਸ ਨਹੀਂ ਮਿਲੇ। ਔਰ ਫਿਰ ਉਹਨੇ ਕਿਹਾ ਕਿ ਵੀ ਇਹ ਹੁਣ ਕਲਾਈਮੇਟ ਚੇਂਜ ਵਾਲੀ ਅਸੀਂ ਗੱਲ ਕਰ ਲਈ ਨਿਊਕਲੀਅਰ ਸਪਲਾਇਰ ਗਰੁੱਪ ਚ ਵੀ ਅਮਰੀਕਾ ਕੋਸ਼ਿਸ਼ ਕਰਨ ਦੇ ਬਾਵਜੂਦ ਚਾਈਨਾ ਨੇ ਡੰਡਾ ਗੜ ਦਿੱਤਾ ਵੀ ਨਹੀਂ ਵੜਨ ਦੇਣਾ ਪਾਕਿਸਤਾਨ ਨੂੰ ਵੀ ਲਿਆਓ ਔਰ ਇਹ ਕੁੱਲ ਮਿਲਾ ਕੇ ਉਹਨੇ ਕਿਹਾ ਕਿ ਵੀ ਹਾਂ ਇੱਕੋ ਹੀ ਚੀਜ਼ ਮੋਦੀ ਨੂੰ ਹੈ ਵੀ ਜਿਵੇਂ ਪਹਿਲਾਂ ਆਣ ਤੋਂ ਪਹਿਲਾਂ ਇੱਥੇ ਮੈਡੀਸਨ ਸਕੁਅਰ ਗਾਰਡਨ ਚ ਮੋਦੀ ਨੇ ਬੜਾ ਸ਼ੋਅ ਕੀਤਾ ਸੀ ਹਜ਼ਾਰਾਂ ਗੁਜਰਾਤੀ ਇਕੱਠੇ ਕਰਕੇ ਔਰ ਓਬਾਮਾ ਨੇ ਉਹਨੂੰ ਕਿਹਾ ਸੀ ਹੈ ਮਿਸਟਰ ਮੋਦੀ ਯੂ ਗਾਟ ਅ ਗੁੱਡ ਵੈਲਕਮ ਹੇਅਰ ਹਾਂ ਕਹਿੰਦਾ ਪਰ ਉਹ ਉੱਥੇ ਕਹਿੰਦਾ ਜੇ ਇਕੱਠੇ ਕਰ ਵੀ ਲੈ ਗੁਜਰਾਤੀ ਤੇ 트럼ਪ ਨੂੰ ਤਾਂ ਵੈਸੇ ਹੀ ਉਹ ਭੀੜ ਦੇਖ ਕੇ ਕਹਿੰਦਾ ਕਿ ਮਸਟ ਬੀ ਅਗੇਂਸਟ ਮੀ ਉਹ ਕਹਿੰਦਾ ਕਿ ਵੀ ਉਹਨੇ ਐਗਜ਼ੈਕਟਲੀ ਇਹ ਕਿਹਾ ਉਹਨੇ ਕਿਹਾ ਵੀ ਕੋਈ ਇੱਕ ਤਰੀਕਾ ਹੈ ਕਿ ਵੀ ਇਹ ਇੰਡੀਅਨ ਕਮਿਊਨਿਟੀ ਨੂੰ ਇਕੱਠੇ ਕਰਕੇ ਹਿੰਦੂ ਕੰਸਟੀਟੂਐਂਸੀ ਮੇ ਆਰਗੇਨਾਈਜ਼ ਅ ਮੈਚਿੰਗ ਪਰਫਾਰਮੈਂਸ ਟੂ ਇੰਪ੍ਰੈਸ ਦਾ ਕਰੰਟ ਓਕੂਪੈਂਟ ਕਿ 트럼ਪ ਨੂੰ ਉਹ ਇੰਪ੍ਰੈਸ ਕਰੇ ਬਟ ਫॉर ਦਾ ਇਨਵਰਟ ਲੁਕਿੰਗ ਮਿਸਟਰ 트럼ਪ 트럼ਪ ਜਿਹੜਾ ਇਨਵਰਟ ਲੁਕਿੰਗ who has shown indifference to nato and the hostility towards paris agreement and other international commitments a massive gathering of indian immigrants may well be a provocation unne kehya ji padke na jaye dekh ke indians nu ke bhai ye menu mere te ro pa re so kul mila ke ke bhai unne kehya ji india should wish its prime minister well in his most uh, uh, difficult void ke ji hindustaniyan nu ke bhai prarthana karo mandra jao ghantiyan bajao ਹਨੂਮਾਨ ਜੀ ਦਾ ਪ੍ਰਸ਼ਾਦ ਸੁਖੋ ਕੋਈ ਹੋਰ ਤਾਂਤਰਿਕ ਵੀ ਬਿਠਾਏ ਹੋਣੇ ਨੇ ਇਹਨਾਂ ਨੇ ਇਹ ਤਾਂ ਕਰਦੇ ਨੇ ਇਸ ਤਰ੍ਹਾਂ ਕੋਈ ਤਾਂਤਰਿਕ ਬਿਠਾਏ ਹੋਣੇ ਨੇ ਯੱਕ ਕਰਨ ਕਿ ਇਹ ਭਗਵਾਨ ਜਿਹੜਾ ਮੋਦੀ ਜੀ ਕੁਸ਼ਲ ਖੇਮ ਸੇ ਵਾਪਸ ਆਏ ਔਰ ਦੂਜਾ ਪਰ ਇਹ ਤਾਂ ਇਹਨਾਂ ਦਾ ਐਨਾਲਿਸਿਸ ਹੈ ਵੈਸੇ ਅਸੀਂ ਜਿਹੜਾ ਇਹਨਾਂ ਨੂੰ ਇਹ ਜ਼ਰੂਰ ਇਹਨਾਂ ਦੇ ਸਵਾਗਤ ਦੀ ਤਿਆਰੀ ਕਰ ਰਹੇ ਹਾਂ ਔਰ ਕੱਲ ਹੀ ਕਸ਼ਮੀਰ ਅਮਰੀਕਨ ਕੌਂਸਲ ਦੇ ਵੀ डॉक्टर फाई ਉਹਨਾਂ ਦੀ ਕਾਲ ਆਈ ਸੀ ਉਹ ਵੀ ਗਏ ਹੋਣਗੇ ਪਰਮਟ ਦੇ ਲਈ ਉਹਨਾਂ ਨੇ ਕਿਹਾ ਜੀ ਵੀ ਸਿੱਖਾਂ ਨੇ ਆਲਰੇਡੀ ਸਾਰਾ ਦਿਨ ਬੁੱਕ ਕਰਾਇਆ ਹੋਇਆ ਹੈ ਕਹਿੰਦੇ ਅਸੀਂ ਵੀ ਜੁਆਇਨ ਕਰਨਾ ਚਾਹੁੰਦੇ ਅਸੀਂ ਕਿਹਾ ਜੀ ਮੋਸਟ ਵੈਲਕਮ ਅਸੀਂ ਤਾਂ ਆਲਰੇਡੀ ਸਮੁੱਚੀਆਂ ਈਸਟ ਕੋਸਟੀਆਂ ਸਿੱਖ ਸੰਗਤਾਂ ਪੂਰੇ ਉਤਸ਼ਾਹ ਦੇ ਨਾਲ ਜਿਹੜੀਆਂ ਇਸ ਵਿੱਚ ਸ਼ਾਮਲ ਹੋ ਰਹੀਆਂ ਹਨ ਔਰ ਸਾਡੇ ਲਈ ਇਹ ਬਹੁਤ ਅਹਿਮੀਅਤ ਰੱਖਦਾ ਹੈ ਔਰ ਮੈਂ ਇਹ ਜ਼ੋਰਦਾਰ ਅਪੀਲ ਕਰਦੇ ਹਾਂ ਬਿਸ਼ੱਕ ਸਾਡੀਆਂ ਸਿੱਖ ਸੰਗਤਾਂ ਜਿਹੜੀਆਂ ਨੇ ਹਰ ਪੰਥਕ ਮੁੱਦੇ ਦੇ ਉੱਤੇ ਆਪਣੀ ਸਟਰੈਂਥ ਦਿਖਾਉਂਦੀ ਹੈ ਪਰ ਕੁਝ ਮੌਕੇ ਹੁੰਦੇ ਨੇ ਜਿੱਥੇ ਤੁਹਾਨੂੰ ਐਕਸਟਰਾ ਮਾਈਲ ਜਾ ਕੇ ਆਪਣੀ ਸਟਰੈਂਥ ਦਿਖਾਣੀ ਬਣਦੀ ਹੈ ਔਰ ਇਹ ਮੌਕੇ ਜਦੋਂ ਕਿ ਮੋਦੀ ਦੇ ਪੈਰ ਲੜਖੜਾ ਰਹੇ ਨੇ ਆਈਸ ਦੇ ਉੱਤੇ ਚੱਲ ਰਿਹਾ ਹੈ ਜੀ ਤੇ ਉੱਥੇ ਜਿਹੜਾ ਨੇ ਉਹ ਤਾਤ੍ਰਿਕ ਯੱਗ ਕਰ ਰਹੇ ਨੇ ਕੀ ਹੈ ਤੇ ਇੱਥੇ ਫਿਰ ਉਹ ਗਲੀ ਸੜੀ ਸਰਕਾਰ ਕੋ ਇੱਕ ਧੱਕਾ ਹੋਰ ਦੋ ਵੀ ਇੱਕ ਜਿਹੜਾ ਇਸ ਕਿਸਮ ਦਾ ਮੈਸਿਵ ਸ਼ੋ ਆਫ ਸਟਰੈਂਥ ਜਿਹਦੇ ਚ ਇਹ ਹੋਏ ਕਿ ਵੀ ਸਿੱਖ ਕੌਮ ਨਕਾਰਦੀ ਔਰ ਉਹਦੇ ਨਾਲ ਇਹ ਹੈ ਵੀ ਜੇ 트럼ਪ ਐਡਮਿਨਿਸਟ੍ਰੇਸ਼ਨ ਨੇ ਕੋਈ ਤੱਕਾ ਵੀ ਦੇਣਾ ਉਹਨੇ ਕਿਹਾ ਲੋਕ ਹੈ ਕਿ ਤੁਸੀਂ ਮਾਈਨੋਰਟੀ ਇਹ ਨਹੀਂ ਹੈ ਔਰ ਕ੍ਰਿਸਚੀਅਨਸ ਨਾਲ ਉਥੇ ਕੀ ਕਰ ਰਹੇ ਇਹਨੇ ਆਰਟੀਕਲ ਨਹੀਂ ਡਿਸਕਸ ਕੀਤਾ ਐਮਬੈਸਡਰ ਨੇ ਮਾਈਨੋਰਟੀਜ਼ ਦਾ ਫੈਕਟਰ ਨਹੀਂ ਕੀਤਾ ਹਿੰਦੂਤਵਾਦ ਦਾ ਨਹੀਂ ਕੀਤਾ ਕਿ ਜੋ ਮਾਈਨੋਰਟੀਜ਼ ਨਾਲ ਹੋ ਰਿਹਾ ਹੈ ਜੋ ਫੋਰਨ ਬੇਸ ਜਿਹਨੀਆਂ ਐਨਜੀਓ ਸੀ ਜਿਨ੍ਹਾਂ ਫੋਰਡ ਫਾਊਂਡੇਸ਼ਨਸ ਮੇ ਸਾਰੇਆਂ ਤੇ ਪਾਬੰਦੀ ਲਾਈ ਹੈ 크ਿਸਚਨ ਚੈਰੀਟੀਆਂ ਤੇ ਪਾਬੰਦੀ ਲਾਈ ਹੈ ਹੁਣ ਜਿਹੜੀ ਦੀ ਸਟ੍ਰੈਂਥ ਹੈ ਡੋਨਲਡ ਟਰੰਪ ਦੀ ਉਹ ਰਾਈਟ ਵਿੰਗ ਜਿਹੜੇ ਨੇ ਉਹ ਬਾਈਬਲ 벨ਟ ਹੈ ਸਾਰੀ ਅਮਰੀਕਾ ਦੀ ਜਿਹੜੇ ਇਹਨੂੰ ਉਹ ਐਡਮਿਨਿਸਟ੍ਰੇਸ਼ਨ ਨੇ ਕੱਢ ਕੇ ਦਿੱਤਾ ਉਹਨੇ ਟਰੰਪ ਨੇ ਉਹਨੂੰ ਜੇ ਸਦਾ ਪੁੱਛ ਲਿਆ ਕਿ ਬਈ ਵਾਟ ਯੂ ਆਰ ਡੂਇੰਗ ਟੂ ਦਾ 크ਿਸਚਨਸ ਜੀ ਜੀ ਬਾਕੀਆਂ ਦੀ ਨਾ ਵੀ ਗੱਲ ਹੋਈ ਮੰਨ ਲਓ ਤੇ ਬਾਹਰ ਜੇ ਸੈਂਕੜੇ ਸਿੱਖ ਖੜੇ ਨੇ ਕਸ਼ਮੀਰੀ ਖੜੇ ਨੇ ਔਰ ਨਾਰੇ ਗੂੰਜ ਰਹੇ ਨੇ ਅੰਦਰ ਗੁਜਰਾਂ ਨੇ ਕਹਿੰਦੇ ਵਾਟ ਵਾਟ ਦਿਸ ਨੌਇਜ਼ ਇਜ਼ ਅਬਾਊਟ मिस्टर मोदी व्हाट यू आर डूइंग टू दीस पीपल देयर सो ए बड़ा इंपॉर्टेंट है कि हम सभी बड़ी गिनती ਦੇ ਵਿੱਚ ਸਮੂਲੀਅਤ ਕਰੀਏ ਆਪਣਾ ਡੇ ਆਫ ਬਿਫੋਰ اور ਕਾਰਲੈਂਡ ਸਾਰੇ ਪਰਿਵਾਰਾਂ ਸਮੇਤ ਜਿਵੇਂ ਮੈਂ ਕਿਹਾ ਸੀ ਬਾਕੀ ਫਿਰ ਅਸੀਂ ਆਉਣ ਵਾਲੇ ਦਿਨਾਂ ਚ ਵੀ ਗੱਲ ਕਰਾਂਗੇ ਔਰ ਹੋ ਸਕਦਾ ਹੈ ਸਾਡੇ ਨਾਲ ਇਹੀ ਨਹੀਂ ਕਿ ਕਸ਼ਮੀਰੀ ਔਰ ਅਸੀਂ ਦਲਤ ਆਰਗੇਨਾਈਜੇਸ਼ਨਸ ਔਰ ਦੂਸਰਿਆਂ ਨੂੰ ਵੀ ਅਪਰੋਚ ਕਰ ਰਹੇ ਹਾਂ ਔਰ ਇਵਨ ਜਿਹੜੇ ਸੈਕੂਲਰ ਮਾਈਂਡਡ ਨੇ ਉਹ ਘਟੋ ਘਟ ਚਲੋ ਖਾਲਸਤਾਨ ਜ਼ਿੰਦਾਬਾਦ ਨਾ ਕਹਿਣ ਕਸ਼ਮੀਰ ਜ਼ਿੰਦਾਬਾਦ ਨਾ ਕਹਿਣ ਇਦਾਂ ਦੇ ਨਾਰੇ ਤਾਂ ਲਾ ਸਕਦੇ ਜਿਹੜੇ ਇੱਥੇ ਟਾਈਮ ਸਕੁエア ਤੇ ਲਾਉਂਦੇ ਸੀ ਮੋਰਡੀ ਮੋਰਡੀ ਯੂ ਕੈਨਟ ਹਾਈਡ ਯੂ ਕਮਿਟਿਡ ਜੈਨੋਸਾਈਡ ਜੀ ਜੀ ਬਿਲਕੁਲ ਇਦਾਂ ਦੇ ਨਾਰੇ ਵੀ ਸਾਨੂੰ ਕਬੂਲ ਨੇ ਕਬੂਲ ਨੇ ਜੀ ਦਾ ਸਭ ਬਿਲਕੁਲ ਬ੍ਰੇਕ ਲੈਣ ਤੋਂ ਪਹਿਲਾਂ ਸੀ ਆਪਣੇ ਦਰਸ਼ਕਾਂ ਨੂੰ ਤੇ ਸ਼ਰੋਤਿਆਂ ਨੂੰ ਅਪੀਲ ਕਰਦੀ ਹੈ ਕਿ ਵਿਊਅਰਸ ਜੇ ਤੁਸੀਂ ਚਾਹਦੇ ਹੋ ਕਿ ਟੀਵੀ 84 ਇਸੇ ਤਰ੍ਹਾਂ ਹੀ ਮਨੁੱਖੀ ਹੱਕਾਂ ਦੀ ਗੱਲ ਨੂੰ ਜਾਰੀ ਰੱਖੇ ਤਾਂ ਇਸ ਗੱਲ ਨੂੰ ਜਾਰੀ ਰੱਖਣ ਲਈ ਤੁਸੀਂ ਇਸ ਦੀ ਵਾਤਵਾਰ ਮਾਈਕ ਸਹਾਇਤਾ ਕਰੋ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ www.tv84.tv ਤੇ ਜਾ ਕੇ ਪੀਪਲ ਰਾਈ ਰੈਕਰਿੰਗ ਡੋਨਰ ਜੂ ਬਣ ਸਕਦੇ ਹੋ ਤੁਸੀਂ ਆਪਣੇ ਦਸਵੰਦ ਰਾਈ ਆਪਣਾ ਯੋਗਦਾਨ ਪਾ ਸਕਦੇ ਹੋ ਤੁਸੀਂ ਚੈੱਕ ਬਣਾ ਕੇ TV84 ਦੇ ਨਾਮ ਤੇ ਇਸ ਪਤੇ ਤੇ ਤੁਸੀਂ ਭੇਜ ਸਕਦੇ ਹੋ ਸਾਡਾ ਪਤਾ ਹੈਗਾ 36-0137th Avenue Long Island City New York 11101 ਜਾਂ ਫਿਰ ਤੁਸੀਂ ਫੋਨ 'ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਫੋਨ ਨੰਬਰ ਹੈਗਾ 5564060694 ਥੈਂਕ ਯੂ ਵੀਅਰਸ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਤੁਸੀਂ ਕੀਤੇ ਨਹੀਂ ਜਾਣਾ